ਤਸਵੀਰਾਂ ਵਿੱਚ ਵੇਖ ਸਕਦੇ ਹੋ। ਇਹ ਜਿਹੜੀ ਧੀ ਆ ਇਸਦਾ ਨਾਂ ਹਰਮਨ ਆ ਅਤੇ ਇਸਦੀ 5 ਸਾਲ ਦੀ ਉਮਰ ਵਿੱਚ ਇਸਦੇ ਪਿਤਾ ਜਿਹੜੇ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ ਅਤੇ ਮਾਵਾਂ ਧੀਆਂ ਜਿਹੜੀਆਂ ਕਿ ਮਿਹਨਤ ਕਰਕੇ ਆਪਣਾ ਪਰਿਵਾਰ ਦਾ ਪੇਟ ਪਾਲਦੀਆਂ ਨੇ। ਜਦੋਂ ਪਾਪਾ ਦੀ ਡੈਥ ਹੋਈ ਅਤੇ ਉਸ ਤੋਂ ਬਾਅਦ ਚਲੋ ਵੱਡੇ ਭਰਾ ਮੇਰਾ ਵੱਡਾ ਭਰਾ ਸੀਗਾ ਅਤੇ ਸਗੋਂ ਸਾਨੂੰ ਸੀਗਾ ਕਿ ਨਹੀਂ ਚਲੋ ਹੁਣ ਚਲੋ ਪਾਪਾ ਜੀ ਚਲ ਗਏ ਚਲੋ ਇਹ ਸਾਡਾ ਹੁਣ ਸਾਥ ਦਊਗਾ ਪਿਓ ਬਣ ਕੇ, ਪਰ 5 ਸਾਲ ਨਹੀਂ ਲੰਘੇ ਅਤੇ ਮੇਰੇ ਵੱਡੇ ਭਰਾ ਦੀ ਡੈਥ ਹੋ ਗਈ। ਯਾਦ ਤਾਂ ਬਹੁਤ ਆਉਂਦੀ ਹੈ, ਖਾਸ ਕਰ ਉਦੋਂ ਜਦੋਂ ਕਿਤੇ ਅਸੀਂ ਸਰੇੜੀ ਦੇ ਬਿਹਨੇ ਲੰਘਦੇ ਚੜ੍ਹਦੇ ਕਿਸੇ ਆਪਾਂ ਦੇਖ ਲੈਂਦੇ ਹਾਂ ਨਾ ਪਿਓ ਧੀ ਨੂੰ, ਫਿਰ ਉਦੋਂ ਸਗੋਂ ਬੰਦੇ ਨੂੰ ਜ਼ਿਆਦਾ ਯਾਦ ਆਉਂਦੀ, ਹਾਂ ਕਿ ਸ਼ਾਇਦ ਮੇਰੇ ਵੀ ਪਾਪਾ ਆਉਂਦੇ ਸ਼ਾਇਦ ਅਸੀਂ ਇੱਥੇ ਨਾ ਹੁੰਦੇ ਇਸ ਟਾਈਮ। ਮੈਨੂੰ ਇਸ ਹਰਮਨ ਪਿਤਾ ਨੂੰ ਹੋਇਆ ਕੀ ਸੀ, ਕਿਸ ਤਰ੍ਹਾਂ ਪਿਤਾ ਦੀ ਮੌਤ ਹੋ ਗਈ ਆ, ਕੀ ਗੱਲ ਕੀ ਹੋਈ, ਅਜਿਹੀ ਵਜ੍ਹਾ ਕੀ ਬਣੀ ਪਿਤਾ ਦੀ ਮੌਤ ਦੀ? ਮੇਰੇ ਪਾਪਾ ਦੇ ਨਾ ਪਿੱਤੇ 'ਚ ਪੱਥਰੀ ਸੀਗੀ, ਸੋ ਜਿਹਦਾ ਹੋਣਾ ਸੀਗਾ ਓਪਰੇਸ਼ਨ ਅਤੇ ਸਾਡੇ ਕੋਲ ਪੈਸੇ ਨਹੀਂ ਸੀਗੇ ਅਤੇ ਸਾਡੇ ਕਿਸੇ ਰਿਸ਼ਤੇਦਾਰ ਨੇ ਸਾਡਾ ਸਾਥ ਨਹੀਂ ਦਿੱਤਾ, ਸਿਰਫ ਓਪਰੇਸ਼ਨ ਦੇ ਕਰਕੇ ਅਤੇ ਮੇਰੇ ਪਾਪਾ ਦੀ ਪਿੱਤੇ ਦੀ ਪੱਥਰੀ ਅੰਦਰ ਫਟ ਗਈ ਅਤੇ ਉਹਨਾਂ ਦੀ ਡੈਥ ਹੋ ਗਈ ਇਹਨਾਂ ਦੀ। ਗਰੀਬੀ ਬਹੁਤ ਸੀ ਭਾਅ ਜੀ, ਸਕੂਲ 'ਚ ਬੱਸ ਚਲਾਉਂਦੇ ਹੁੰਦੇ ਸੀ, ਤੁਹਾਨੂੰ ਪਤਾ 3-4 ਬੱਚੇ ਖਾਣ ਵਾਲੇ ਸੀ, ਇਕੱਲੇ ਕਮਾਉਣ ਵਾਲੇ ਸੀ, ਭੈਣਾਂ ਵੀ ਉਹਨਾਂ ਦੀਆਂ ਹੈਗੀਆਂ ਸੀ, ਪਰ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਹੈਗਾ, ਜੇ ਕਹਿੰਦੇ ਪਰਮਾਤਮਾ ਪਾਉਂਦਾ ਤਾਂ ਕੱਟਦਾ ਵੀ ਉਹ ਆ। ਬਾਕੀ 27 ਸਾਲ ਦੀ ਜਦੋਂ ਮੇਰਾ ਘਰ ਵਾਲਾ ਪੂਰਾ ਹੋ ਗਿਆ, ਪਰ ਕਿਸੇ ਨੇ ਸਾਥ ਨਹੀਂ ਦਿੱਤਾ, ਮੈਂ ਆਪਣੀ ਮਿਹਨਤ ਕਰਕੇ ਜਿੱਦਾਂ ਵੀ ਮਤਲਬ ਸਿਲਾਈ ਕਰ ਲਓ ਜੋ ਮਰਜ਼ੀ ਕਰ ਲਓ, ਮਤਲਬ ਆਪਣਾ ਮਿਹਨਤ ਕਰਕੇ ਆਪਣੇ ਬੱਚੇ ਪਾਲੇ। ਮੈਂ ਹਮੇਸ਼ਾ ਅਸੀਂ ਦੇਖਦੇ ਖਾਸ ਕਰ ਧੀਆਂ ਨੂੰ ਹਮੇਸ਼ਾ ਪਿਤਾ ਦਾ ਬਹੁਤ ਸਹਾਇ ਦੀ ਲੋੜ ਹੁੰਦੀ ਆ, ਜਿੱਥੇ ਮਰਜ਼ੀ ਚੱਲ ਜਾਣਾ ਜਿੱਥੇ ਮਰਜ਼ੀ ਆ ਜਾਣਾ, ਜਦੋਂ ਪਿਤਾ ਨਾਲ ਹੁੰਦੇ ਨੇ ਤਾਂ ਧੀਆਂ ਬੇਪਰਵਾਹ ਜਾਂਦੀਆਂ ਨੇ ਕਿ ਸਾਡਾ ਬਾਬੂ ਸਾਡਾ ਨਾਲ ਆ, ਸਾਡਾ ਪਿਤਾ ਸਾਡੇ ਨਾਲ ਆ। ਕੀ ਕਹਿਣਾ ਚਾਹੋਗੇ ਭਾਈ? ਬਹੁਤ ਟੁੱਟੇ ਪਏ ਆ, ਤੁਹਾਨੂੰ ਦੱਸਦੀ ਪਈ ਕਿ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਾਰੀ ਰੋਈਦਾ ਅਤੇ ਕਿੰਨੀ ਕੁ ਵਾਰੀ ਉਹਨਾਂ ਨੂੰ ਯਾਦ ਕਰੀਦਾ ਪਿਓ ਪੁੱਤਾਂ ਨੂੰ, ਵੀ ਪਤਾ ਨਹੀਂ ਮੈਂ ਕਿੰਨੇ ਕੁ ਮਾੜੇ ਕਰਮ ਕੀਤੇ ਹੈ ਕਿ ਜਿਹੜੇ ਮੈਂ ਅੱਜ ਤੱਕ ਭੁਗਤਣ ਨਹੀਂ, 50 ਸਾਲ ਦੇ ਉਹ ਚੱਲੇ ਹਾਂ, ਬਸ ਇੱਦਾਂ ਲੰਘੀ ਜਾਂਦੀ। ਪਿਓ ਧੀ ਦਾ ਰਿਸ਼ਤਾ ਹੁੰਦਾ ਜੋ ਬਿਨਾਂ ਕਿਸੇ ਮਤਲਬ ਤੋਂ ਹੁੰਦਾ, ਬਾਕੀ ਸਾਰੇ ਰਿਸ਼ਤੇ ਤੁਹਾਡੇ ਮਾਂ ਪਿਓ ਤੋਂ ਇਲਾਵਾ ਸਾਰੇ ਤੁਹਾਡੇ ਮਤਲਬ ਦੇ ਰਿਸ਼ਤੇ ਹੁੰਦੇ ਆ, ਬਾਕੀ ਸਿਰਫ ਇੱਕ ਜਿਹੜਾ ਪਿਓ ਧੀ ਦਾ ਰਿਸ਼ਤਾ ਨਾ ਉਹ ਤੁਹਾਡਾ ਬਿਨਾਂ ਮਤਲਬ ਹੁੰਦਾ, ਤੁਹਾਡਾ ਰਿਸ਼ਤਾ ਵਾਲਾ ਕਿ ਤੁਹਾਡੀ ਬਿਨਾਂ ਬੁਝੇ ਤੁਹਾਡੀ ਹਰ ਇੱਕ ਗੱਲ ਸਮਝ ਲੈਣੀ, ਜਿਹੜੀ ਤੁਸੀਂ ਚੀਜ਼ ਕਹਿਣੀ ਉਹ ਤੁਹਾਨੂੰ ਲੈ ਕੇ ਦੇ ਰਹਿਣੀ ਤੁਹਾਡੇ ਪਿਓ ਨੇ। ਇਹ ਮੈਨੂੰ ਵੀ ਪਤਾ ਲੱਗਾ ਵੀ ਕਹਿੰਦੇ ਤੁਹਾਡੀ ਜਿਹੜੀ ਚਿਹਰਾ ਵੀ ਜਿਹੜਾ ਸ਼ਕਲ ਵੀ ਆ ਤੁਹਾਡੇ ਪਿਤਾ ਜੀ ਨਾਲ ਮਿਲਦੀ ਆ, ਇਹਦੇ ਬਾਰੇ ਕੀ ਕਹਿਣਾ? ਕਿਉਂਕਿ ਉਹ ਕਹਿੰਦੇ ਆ ਨਾ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਦਾ ਜਿਹੜਾ ਪਿਆਰ ਜ਼ਿਆਦਾ ਆਪਣੇ ਪਿਤਾ ਨਾਲ ਹੁੰਦਾ, ਮੇਰੀ ਸ਼ਕਲ ਮੇਰੇ ਸੇਮ ਪਾਪਾ ਵਰਗੀ ਹੈ, ਮੇਰੀ ਸ਼ਕਲ ਵੇਖ ਕੇ ਕਹਿੰਦੇ ਕਿ ਤੂੰ ਕੁਲਵੰਤ ਸਿੰਘ ਦੀ ਕੁੜੀ ਆ, ਮਤਲਬ ਮੇਰੀ ਸ਼ਕਲ ਤੋਂ ਮੈਨੂੰ ਪਛਾਣ ਲੈਂਦੀ ਕਿ ਮੈਂ ਇਹਦੀ ਕੁੜੀ। ਮੈਨੂੰ ਬੜੀ ਖੁਸ਼ੀ ਹੁੰਦੀ ਕਿ ਜਦੋਂ ਮੈਨੂੰ ਮੇਰੇ ਪਾਪਾ ਦੇ ਨਾਨਾ ਸਾਰੇ ਜਾਣਦੇ ਆ ਨਾ, ਬਹੁਤ ਖੁਸ਼ੀ ਹੁੰਦੀ ਮੈਨੂੰ ਕਿ ਹਾਂ ਚਲੋ ਉਹ ਤਾਂ ਨਹੀਂ ਹੈ ਪਰ ਵੇਖ ਕੇ ਪਛਾਣ ਤਾਂ ਲੈਂਦੇ ਨੇ ਕਿ ਹਾਂ ਕੁਲਵੰਤ ਦੀ ਕੁੜੀ ਹੈ, ਬਸ ਬੜੀ ਖੁਸ਼ੀ ਹੁੰਦੀ ਹੈ ਮੈਨੂੰ ਸਗੋਂ। ਚਲੋ ਇੱਦਾਂ ਦੀ ਧੀ ਰੱਬ ਸਭ ਨੂੰ ਦੇਵੇ, ਇਹ ਧੀ ਮੇਰਾ ਬਹੁਤ ਸਾਥ ਦਿੰਦੀ ਹੈਗੀ ਆ, ਅਸੀਂ ਮਾਵਾਂ ਧੀਆਂ ਮਤਲਬ ਇੱਕ ਦੂਜੇ ਦੇ ਸਹਾਰੇ ਨਾਲ ਹੀ ਤੁਰੇ ਫਿਰਦੇ ਹਾਂ। ਸਾਡੇ ਰਿਸ਼ਤੇਦਾਰ ਕਹਿੰਦੇ ਹੁੰਦੇ ਕਿ ਤੂੰ ਵਿਆਹ ਕਰਾ ਲਾ, ਮੇਰੇ ਮੰਮਾ ਕਹਿੰਦੇ ਜੇ ਮੇਰੇ ਕਰਮਾਂ 'ਚ ਸੁੱਖ ਹੁੰਦਾ ਮੇਰਾ ਆਦਮੀ ਨਾ ਜਾਂਦਾ, ਜੇ ਮੇਰੇ ਕਰਮਾਂ 'ਚ ਸੁੱਖ ਹੋਊਗਾ ਨਾ ਮੇਰਾ ਵੱਡਾ ਮੁੰਡਾ ਨਾ ਜਾਂਦਾ, ਜੇ ਮੇਰੇ ਬੱਚਿਆਂ ਨੇ ਦੇ ਦੇਣਾ ਮੈਂ ਕਿਸੇ ਪਾਸੇ ਨਹੀਂ ਜਾਣਾ, ਮੈਂ ਆਪਣੇ ਬੱਚਿਆਂ ਨਾਲ ਨਹੀਂ ਖੁਸ਼ ਹਾਂ। ਮੇਰੇ ਮੰਮਾ ਨੇ ਕਿਤੇ ਕੰਮ 'ਤੇ ਨਹੀਂ ਕੀਤਾ, ਬਸ ਹਾਂ ਸਿਲਾਈ ਬਹੁਤ ਕੀਤੀ ਮੇਰੇ ਮੰਮਾ ਨੇ ਨਾਲ ਨਾਲ ਕਿ ਅਸੀਂ ਦੋਵਾਂ ਮਾਵਾਂ ਧੀਆਂ ਨੇ 12-12 ਘੰਟੇ ਮਸ਼ੀਨ 'ਤੇ ਬਹਿ ਰਹਿਣਾ, ਤੋ ਉਦੋਂ ਇੰਨੇ ਪੈਸੇ ਵੀ ਨਹੀਂ ਮਿਲਦੇ, ਬਟ ਇਹੀ ਕਿ ਚਲੋ ਹੱਥ ਮਤਲਬ ਆਪਣੇ ਮਤਲਬ ਘਰ ਦਾ ਖਰਚਾ ਹੋਈ ਜਾਊਗਾ, ਸੋ ਆਪਾਂ ਸਿਲਾਈ ਦਾ ਕੰਮ ਨੂੰ ਫਿਰ ਉਹ ਆਪਾਂ ਕਰਨਾ ਸ਼ੁਰੂ ਕਰ ਦਿੱਤਾ ਸਿਲਾਈ ਦਾ।
ਉਦੋਂ ਪਾਪਾ ਦੀ ਯਾਦ ਹੁੰਦੀ, ਬਟ ਆਪਾਂ ਹੁਣ ਜ਼ਿਆਦਾਤਰ ਕਦੇ ਦੀਵਾਲੀ ਕੁਛ ਕਦੇ ਮਨਾਇਆ ਹੀ ਨਹੀਂ ਚੰਗੀ ਤਰ੍ਹਾਂ ਕਦੇ ਆਪਾਂ ਅੱਜ ਤੱਕ, ਜੋ ਪਾਪਾ ਗਏ ਬ੍ਰਦਰ ਗਿਆ ਕਦੇ ਦੀਵਾਲੀ ਚੰਗੀ ਤਰ੍ਹਾਂ ਮਨਾ ਕੇ ਨਹੀਂ ਵੇਖੀ, ਨਾ ਲੋਹੜੀ ਕਦੇ ਮਨਾ ਕੇ ਵੇਖੀ, ਆਪਾਂ ਪਤਾ ਨਹੀਂ ਇੱਦਾਂ ਹੀ ਬਸ ਡੇਲੀ ਦਿਨਾਂ ਵਾਂਗੂ ਦਿਨ ਲੰਘ ਜਾਂਦੇ, ਕਿਤੇ ਕਦੇ ਮਾੜਾ ਮੋਟਾ ਜਨਮ ਦਿਨ ਕੋਈ ਕੇਕ ਕੱਟ ਜੇ ਕੋਈ, ਨਹੀਂ ਤਾਂ ਨਹੀਂ, ਮੈਂ ਕਦੇ ਬਰਥਡੇ ਵੀ ਨਹੀਂ ਮਨਾ ਕੇ ਵੇਖਿਆ ਆਪਣਾ ਆਪਣਾ ਕਦੇ ਚੰਗੀ ਤਰ੍ਹਾਂ, ਮੈਂ ਦਿਲ ਹੀ ਨਹੀਂ ਕਰਦਾ, ਮਨ 'ਚ ਆਵਾਜ਼ ਹੀ ਨਹੀਂ ਆਉਂਦੀ, ਨਹੀਂ ਕੋਈ ਨਹੀਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਅੱਜ ਤੁਹਾਨੂੰ ਕਹਾਣੀ ਦਿਖਾਵਾਂਗੇ ਉਸ ਧੀ ਦੀ ਜਿਸ ਦੇ ਪਿਤਾ ਦੀ ਮੌਤ ਹੋ ਜਾਂਦੀ ਆ ਅਤੇ 5 ਸਾਲ ਦੀ ਉਮਰ ਵਿੱਚ ਉਸ ਪਰਿਵਾਰ ਦੇ ਕੀ ਹਾਲਾਤ ਨੇ, ਜ਼ਿੰਮੇਵਾਰੀਆਂ ਉਸ ਜਿਹੜੀ ਆ ਉਸ ਧੀ ਦੇ ਮੋਢਿਆਂ 'ਤੇ ਪੈ ਜਾਂਦੀ ਹੈ ਘਰ ਦੀ, ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ। ਇਹ ਜਿਹੜੀ ਧੀ ਆ ਇਸ ਦਾ ਨਾਂ ਹਰਮਨ ਆ ਅਤੇ ਇਸਦੀ 5 ਸਾਲ ਦੀ ਉਮਰ ਵਿੱਚ ਇਸਦੇ ਪਿਤਾ ਜਿਹੜੇ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ ਅਤੇ ਮਾਵਾਂ ਧੀਆਂ ਜਿਹੜੀਆਂ ਕਿ ਮਿਹਨਤ ਕਰਕੇ ਆਪਣਾ ਪਰਿਵਾਰ ਦਾ ਪੇਟ ਪਾਲਦੀਆਂ ਨੇ, ਤੁਸੀਂ ਘਰ ਦੇ ਹਾਲਾਤ ਦੇਖ ਲਓ ਕਿਸ ਤਰ੍ਹਾਂ ਦੇ ਨੇ, ਅਤੇ ਇਹਨਾਂ ਨੂੰ ਮਿਹਨਤ ਕਰਨੀ ਪੈਂਦੀ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ। ਹਰਮਨ ਦੇ ਬਹੁਤ ਸੁਪਨੇ ਸੀ ਪਰ ਸੁਪਨੇ ਜਿਹੜੇ ਨੇ ਸਾਰੇ ਮਾਰ ਕੇ ਜਿਹੜੇ ਆਪਣੀ ਮਾਤਾ ਦੇ ਨਾਲ ਜਿਹੜੀ ਆ ਰੋਜ਼ੀ ਰੋਟੀ ਵਾਸਤੇ ਮਿਹਨਤ ਕਰ ਰਹੀ ਹੈ। ਗੱਲਬਾਤ ਵੀ ਜ਼ਰੂਰ ਕਰਾਂਗੇ ਹਰਮਨ ਦੇ ਨਾਲ। ਹਰਮਨ ਪਿਤਾ ਦੀ ਸਹਾਇਤ ਤੋਂ ਬਾਅਦ ਜਾਣ ਤੋਂ ਬਾਅਦ ਕਿੰਨੇ ਕੁ ਹਾਲਾਤਾਂ ਮਾੜੇ ਸਮੇਂ ਤੁਹਾਨੂੰ ਲੰਘਣਾ ਪਿਆ, ਕਿਹੜੇ ਦੌਰ ਤੋਂ ਸਾਨੂੰ ਮੁਸ਼ਕਿਲਾਂ ਆਈਆਂ, ਕਿੰਨਾ ਕੁ ਸਾਹਮਣਾ ਕਰਨਾ ਪਿਆ? ਬਹੁਤ ਜ਼ਿਆਦਾ ਮੁਸ਼ਕਿਲਾਂ ਜਿਹਨੂੰ ਸਾਡਾ ਸਾਨੂੰ ਜਿਹਦਾ ਸਾਹਮਣਾ ਕਰਨਾ ਪਿਆ। ਕਈ ਵਾਰ ਤਾਂ ਇਹੋ ਜਿਹਾ ਦਿਨ ਵੀ ਆ ਗਏ ਕਿ 1 ਸਾਲ ਸਾਡੇ ਘਰ ਆਟਾ ਵੀ ਨਹੀਂ ਖਾਣ ਨੂੰ। ਸੋ ਜਦੋਂ ਪਾਪਾ ਦੀ ਡੈਥ ਹੋਈ ਤਾਂ ਉਸ ਤੋਂ ਬਾਅਦ ਚਲੋ ਵੱਡੇ ਭਰਾ, ਮੇਰਾ ਵੱਡਾ ਭਰਾ ਸੀਗਾ ਅਤੇ ਸਗੋਂ ਸਾਨੂੰ ਸੀਗਾ ਕਿ ਨਹੀਂ ਚਲੋ ਹੁਣ ਚਲੋ ਪਾਪਾ ਜੀ ਚਲ ਗਏ, ਚਲੋ ਇਹ ਸਾਡਾ ਹੁਣ ਸਾਥ ਦਊਗਾ ਪਿਓ ਬਣ ਕੇ। ਪਰ 5 ਸਾਲ ਨਹੀਂ ਲੰਘੇ ਅਤੇ ਮੇਰੇ ਵੱਡੇ ਭਰਾ ਦੀ ਡੈਥ ਹੋ ਗਈ ਅਤੇ ਉਹਦੇ ਤੋਂ ਬਾਅਦ ਫਿਰ ਮੈਂ ਫਿਰ ਉਸ ਤੋਂ ਬਾਅਦ ਮੇਰਾ ਸਫ਼ਰ ਸ਼ੁਰੂ ਹੋਇਆ ਸਿਲਾਈ ਦਾ। ਮੈਨੂੰ ਸਿਲਾਈ ਮੈਂ ਕਦੇ ਸਿੱਖੀ ਨਹੀਂ, ਮੈਨੂੰ ਸ਼ੌਂਕ ਸੀ ਚਲੋ ਮੈਂ ਸਿਲਾਈ ਕਰਨੀ ਸ਼ੁਰੂ ਕਰਾਂ। ਫਿਰ ਮੈਂ ਜਿਹੜਾ ਆਪਣਾ ਸਿਲਾਈ ਦਾ ਕੰਮ ਸ਼ੁਰੂ ਕੀਤਾ, ਫਿਰ ਮੈਂ ਪਤਾ ਕੀ ਸੀਗਾ, ਸਾਨੂੰ ਕੈਪਰੀਆਂ ਪਜਾਮੇ ਮਸ਼ੀਨ ਨਹੀਂ ਹੁੰਦੀ ਸੀ, ਮੈਨੂੰ ਸਿਰਫ ਮਿਲ ਜਾਂਦੇ 20 ਰੁਪਏ ਕੈਪਰੀਆਂ ਪਜਾਮੇ ਦੀ ਸਿਲਾਈ ਦੇ। ਸੋ ਮੈਂ ਉਹ ਸ਼ੁਰੂ ਕੀਤਾ, ਮੈਂ ਚਲੋ ਇਹਦੇ ਨਾਲ ਮੇਰੇ ਘਰ ਦੇ ਦਾ ਜਿਹੜਾ ਥੋੜ੍ਹਾ ਮੇਰੀ ਮੰਮੀ ਦਾ ਥੋੜ੍ਹਾ ਨਾ ਸਾਥ ਦਿੱਤਾ ਜਾਊਗਾ। ਫਿਰ ਮੈਂ 10 ਸਾਲ ਦੀ ਉਮਰ 'ਚ ਮੈਂ ਸਿਲਾਈ ਦਾ ਕੰਮ ਸ਼ੁਰੂ ਕਰ ਲਿਆ 12 ਸਾਲ ਦੀ ਉਮਰ 'ਚ। ਅਤੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਮੰਮਾ ਸੀਗੇ, ਉਹਨਾਂ ਨੂੰ ਨਾ ਬਿਊਟੀ ਪਾਰਲਰ ਦਾ ਕੰਮ ਹੁੰਦਾ ਸੀਗਾ ਅਤੇ ਉਹ ਕੁੜੀਆਂ ਵਗੈਰਾ ਤਿਆਰ ਕਰਦੇ ਹੁੰਦੇ ਮੰਮੀ ਮੇਰੇ ਸਕੂਲ ਛੱਡਣ ਤੋਂ ਬਾਅਦ। ਪਹਿਲਾਂ ਮਤਲਬ 5 ਸਾਲ ਦੇ ਹੀ ਤਾਂ ਉਦੋਂ ਸਾਡਾ ਮਤਲਬ ਸਕੂਲ 'ਚ ਪੜ੍ਹਦੇ ਹੁੰਦੇ ਸੀ ਅਤੇ ਮੰਮਾ ਮੇਰੇ ਉੱਥੇ ਕੰਟੀਨ ਲਾਉਂਦੇ ਹੁੰਦੇ ਸੀ ਅਤੇ ਜਿਹੜਾ ਵੱਡਾ ਬ੍ਰਦਰ ਆ ਉਹ ਵੀ ਮੇਰੇ ਪਾਪਾ ਦੇ ਨਾਲ ਹੀ ਸਾਥ ਦਿੰਦਾ ਹੁੰਦਾ ਸਾਰਿਆਂ ਦਾ। ਅਤੇ ਜਦੋਂ ਪਾਪਾ ਦੀ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਉਦੋਂ ਵੀ ਕੰਟੀਨ ਲਾਉਂਦੇ ਰਹੇ। ਜਦੋਂ ਵੱਡੇ ਵੀਰ ਦੀ ਡੈਥ ਹੋਈ ਨਾ ਉਸ ਤੋਂ ਬਾਅਦ ਆਪਾਂ ਸਾਨੂੰ ਸਕੂਲ ਕੁਛ ਰੀਜ਼ਨ ਕਰਕੇ ਸਾਨੂੰ ਉਹ ਵਾਲਾ ਸਕੂਲ ਛੱਡਣਾ ਪਿਆ। ਮੈਨੂੰ ਇਸ ਹਰਮਨ ਪਿਤਾ ਨੂੰ ਹੋਇਆ ਕੀ ਸੀ, ਕਿਸ ਤਰ੍ਹਾਂ ਪਿਤਾ ਦੀ ਮੌਤ ਹੋ ਗਈ ਆ, ਕੀ ਗੱਲ ਕੀ ਹੋਈ, ਅਜਿਹੀ ਵਜ੍ਹਾ ਕੀ ਬਣੀ ਪਿਤਾ ਦੀ ਮੌਤ ਦੀ? ਮੇਰੇ ਪਾਪਾ ਦੇ ਨਾ ਪਿੱਤੇ 'ਚ ਪੱਥਰੀ ਸੀਗੀ, ਸੋ ਜਿੱਦਾਂ ਹੋਣਾ ਸੀਗਾ ਓਪਰੇਸ਼ਨ ਅਤੇ ਸਾਡੇ ਕੋਲ ਪੈਸੇ ਨਹੀਂ ਸੀਗੇ ਅਤੇ ਸਾਡੇ ਕਿਸੇ ਰਿਸ਼ਤੇਦਾਰ ਨੇ ਸਾਡਾ ਸਾਥ ਨਹੀਂ ਦਿੱਤਾ, ਸਿਰਫ ਓਪਰੇਸ਼ਨ ਦੇ ਕਰਕੇ ਅਤੇ ਮੇਰੇ ਪਾਪਾ ਦੀ ਪਿੱਤੇ ਦੀ ਪੱਥਰੀ ਅੰਦਰ ਫਟ ਗਈ ਅਤੇ ਉਹਨਾਂ ਦੀ ਡੈਥ ਹੋ ਗਈ ਇਹਨਾਂ ਦੀ। ਪਰ ਕੀ ਲੱਗਦਾ ਨਹੀਂ ਆ ਹਰਮਨ ਪਿਤਾ ਜੇਕਰ ਰਿਸ਼ਤੇਦਾਰ ਭੈਣ ਭਰਾ ਉਸ ਵੇਲੇ ਸਾਥ ਦੇ ਦਿੰਦੇ, ਹਮੇਸ਼ਾ ਕਹਿੰਦਾ ਵੀ ਰਿਸ਼ਤੇਦਾਰ ਮਾੜੇ ਸਮੇਂ 'ਚ ਸਾਥ ਦਿੰਦੇ ਨੇ, ਭੈਣ ਭਰਾ ਖੜ੍ਹਦੇ ਨੇ, ਪਰ ਵੱਡੀ ਕੋਈ ਵੱਡਾ ਗੱਲ ਨਹੀਂ ਸੀ ਵੀ ਪਿੱਤੇ ਦੀ ਪਰੇਸ਼ਾਨੀ ਵਾਸਤੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਨਹੀਂ ਦਿੱਤੇ ਪੈਸੇ? ਕਦੀ ਮਨ 'ਚ ਇਹ ਹੁੰਦਾ ਵੀ ਜੇਕਰ ਉਹ ਸਾਥ ਦੇ ਦਿੰਦੇ, ਪੈਸੇ ਦੇ ਦਿੰਦੇ, ਤਾਂ ਅੱਜ ਸ਼ਾਇਦ ਪਿਤਾ ਤੁਹਾਡੇ ਵਿੱਚ ਹੁੰਦੇ, ਅੱਜ ਤੁਹਾਨੂੰ ਤੁਹਾਡੀ ਅਤੇ ਮਾਤਾ ਨੂੰ ਜਿਹੜੀਆਂ ਰੇਹੜੀ ਲਾਉਣੀ ਪੈਂਦੀ ਹੈ, ਇੰਨਾ ਕੰਮ ਕਰਨਾ ਪੈਂਦਾ? ਮਨ 'ਚ ਆਉਂਦਾ ਵਾ ਬਟ ਹੁਣ ਨਹੀਂ ਆਉਂਦਾ। ਪਹਿਲਾਂ ਜਦੋਂ ਸ਼ੁਰੂ ਤੋਂ ਆਉਂਦਾ ਹੁੰਦਾ ਸੀਗਾ ਕਿ ਹਾਂ ਕਿ ਸਹੀ ਗੱਲ ਆ, ਮੇਰੇ ਇੱਕ ਪੈਸਿਆਂ ਕਰਕੇ ਮੇਰੇ ਪਾਪਾ ਦੀ ਡੈਥ ਹੋਈ ਹੈ। ਬੰਦੇ ਕੋਲ ਭਾਵੇਂ ਜਿੱਦਾਂ ਮਰਜ਼ੀ ਹੈ ਨਾ, ਇੰਨਾ ਕੁ ਇਨਸਾਨ ਕੋਲ ਪੈਸਾ ਹੋਣਾ ਚਾਹੀਦਾ ਕਿ ਜੇ ਕਿਸੇ ਵੇਲੇ ਲੋੜ ਵੇਲੇ ਕੋਈ ਬਿਮਾਰ ਕੁਛ ਹੋ ਜਾਂਦਾ, ਇੰਨੇ ਕੁ ਯੋਗਾ ਹੋਵੇ ਕਿ ਉਹਦੇ ਇਲਾਜ ਯੋਗ ਇਨਸਾਨ ਕੋਲ ਪੈਸੇ ਜ਼ਰੂਰ ਹੋਣੇ ਚਾਹੀਦੇ ਆ। ਕਿਉਂਕਿ ਜੇ ਅੱਜ ਪੈਸੇ ਹੁੰਦੇ ਸਾਡੇ ਕੋਲ ਸ਼ਾਇਦ ਮੇਰੇ ਪਾਪਾ ਨਾ ਜਾਂਦੇ, ਉਹਨਾਂ ਦੀ ਡੈਥ ਨਾ ਹੁੰਦੀ। ਇੱਕ ਓਪਰੇਸ਼ਨ ਹੀ ਸੀਗਾ ਉਸ ਟਾਈਮ, ਤਾਂ ਇੰਨਾ ਮਹਿੰਗਾ ਵੀ ਨਹੀਂ ਸੀ ਓਪਰੇਸ਼ਨ। ਅਤੇ ਕੀ ਲੱਗਦਾ ਨਹੀਂ ਵੀ ਅੱਜ ਉਹ ਰਿਸ਼ਤੇਦਾਰ ਭੈਣ ਭਰਾ ਤੁਹਾਡੇ ਨਾਲ ਬੋਲਦੇ ਜਾਂ ਤੁਸੀਂ ਇਹਨਾਂ ਨਾਲ ਖੜ੍ਹਦੇ ਹੋ ਜਾਂ ਤੁਹਾਡੇ ਨਾਲ ਖੜ੍ਹਦੇ ਨੇ? ਕਿਉਂਕਿ ਹਮੇਸ਼ਾ ਸਾਰੀ ਉਮਰ ਜਿਹੜਾ ਇਹ ਬਗੋਚਾ ਰਹਿਣਾ ਵਾ ਪਿਤਾ ਦਾ, ਹਮੇਸ਼ਾ ਸਾਰੀ ਉਮਰ ਪਛਤਾਵਾ ਹੀ ਰਹਿਣਾ ਵਾ ਵੀ ਜੇਕਰ ਉਸ ਸਮੇਂ ਵਿੱਚ ਰਿਸ਼ਤੇਦਾਰ ਭੈਣ ਭਰਾ ਸਾਹ ਦੇ ਦਿੰਦੇ, ਪੈਸੇ ਦੇ ਦਿੰਦੇ, ਸ਼ਾਇਦ 10,000 ਦੀ ਸ਼ਾਇਦ ਜ਼ਰੂਰਤ ਹੁੰਦੀ ਆ ਅਤੇ 10,000 ਦੇ ਦਿੰਦੇ, ਅਤੇ ਅੱਜ ਸ਼ਾਇਦ ਤੁਹਾਡੇ ਪਿਤਾ ਤੁਹਾਡੇ ਵਿੱਚ ਹੁੰਦੇ, ਅੱਜ ਹੱਸਦਾ ਵੱਜਦਾ ਪਰਿਵਾਰ ਹੋਣਾ ਸੀ, ਅੱਜ ਪਿਤਾ ਦਾ ਸਾਇਆ ਤੁਹਾਡੇ ਸਿਰ ਤੋਂ ਨਹੀਂ ਸੀ ਉੱਠਣਾ।
ਮਨ 'ਚ ਆਉਂਦਾ, ਪਰ ਹੁਣ ਨਾ ਚਲੋ ਜਦੋਂ ਆਪਣੀ ਕਹਿੰਦੇ ਨਾ ਆਪਣੀ ਮੰਮੀ ਵੱਲ ਵੇਖੇ ਨਾ ਹੌਸਲਾ ਆ ਜਾਂਦਾ ਕਿ ਚਲੋ 5 ਸਾਲ ਦੇ ਹੀ ਪਾਪਾ ਗਏ, 9 ਸਾਲ ਦੇ ਮੇਰਾ ਜਿਹੜਾ ਵੱਡਾ ਬ੍ਰਦਰ ਗਿਆ ਹੈ ਨਾ, ਅਤੇ ਫਿਰ ਉਹਨਾਂ ਵੱਲ ਵੇਖ ਕੇ ਹੁਣ ਸਾਨੂੰ ਮਤਲਬ ਪੂਰਾ ਹੌਸਲਾ ਆ ਗਿਆ ਕਿ ਸਿਰਫ ਉਦੋਂ 27 ਸਾਲ ਦੇ ਜਦੋਂ ਮੇਰੇ ਪਾਪਾ ਦੀ ਡੈਥ ਹੋਈ, ਠੀਕ ਆ ਜੀ, ਫਿਰ ਅਸੀਂ ਵੀ ਹਿੰਮਤ ਹਾਰ ਗਏ, ਫਿਰ ਸਾਡੀ ਮਾਂ ਨੂੰ ਕੌਣ ਵੇਖੂਗਾ ਹੁਣ ਉਹ 50 ਸਾਲ ਦੀ ਆ। ਮੇਰੇ ਸਾਡੇ ਰਿਸ਼ਤੇਦਾਰ ਕਹਿੰਦੇ ਹੁੰਦੇ ਕਿ ਤੂੰ ਵਿਆਹ ਕਰਾ ਲਾ, ਮੇਰੇ ਮੰਮਾ ਕਹਿੰਦੇ ਜੇ ਮੇਰੇ ਕਰਮਾਂ 'ਚ ਸੁੱਖ ਹੁੰਦਾ ਮੇਰਾ ਆਦਮੀ ਨਾ ਜਾਂਦਾ, ਮੇਰਾ ਵੱਡਾ ਮੁੰਡਾ ਨਾ ਜਾਂਦਾ, ਜੇ ਮੇਰੇ ਕਰਮਾਂ 'ਚ ਸੁੱਖ ਹੋਊਗਾ ਨਾ ਮੈਨੂੰ ਮੇਰੇ ਬੱਚਿਆਂ ਨੇ ਦੇ ਦੇਣਾ, ਮੈਂ ਕਿਸੇ ਪਾਸੇ ਨਹੀਂ ਜਾਣਾ, ਮੈਂ ਆਪਣੇ ਬੱਚਿਆਂ ਨਾਲ ਨਹੀਂ ਖੁਸ਼ ਹਾਂ। ਅਤੇ ਮੈਨੂੰ ਇਸ ਹਰਮਨ ਕਿੰਨੀ ਕੁ ਮੁਸ਼ਕਲਾਂ ਦੇ ਨਾਲ ਤੁਹਾਡੀ ਮਾਤਾ ਨੇ ਤੁਹਾਨੂੰ ਪੜ੍ਹਾਇਆ ਲਿਖਾਇਆ, ਕਿੰਨੀ ਕੁ ਮੁਸ਼ਕਲਾਂ ਸਾਹਮਣਾ ਕਰਨਾ ਪਿਆ, ਕਿੰਨਾ ਕੁ ਕੰਮ ਕਰਨਾ ਪਿਆ, ਕਿਉਂ ਬਾਹਰ ਵੀ ਕੰਮ ਕਰਨਾ ਪੈਂਦਾ ਸੀ, ਘਰ ਆ ਕੇ ਵੀ ਕੰਮ ਕਰਨਾ ਪੈਂਦਾ ਸੀ, ਕਿੰਨੀ ਕੁ ਤੁਹਾਡੀ ਦੇਖਭਾਲ ਕੀਤੀ ਭੈਣ ਭਰਾਵਾਂ ਦੀ, ਅਤੇ ਕਿੰਨੀ ਕੁ ਮੁਸ਼ਕਲਾਂ ਦੇ ਨਾਲ ਤੁਹਾਨੂੰ ਪੜ੍ਹਾਇਆ, ਅਤੇ ਤੁਹਾਡੀ ਪੜ੍ਹਾਈ ਕਿੱਥੋਂ ਤੱਕ ਤੁਸੀਂ ਕੀਤੀ ਆ? ਮੇਰੇ ਮੰਮਾ ਨੇ ਸਾਨੂੰ ਬਹੁਤ ਮਤਲਬ ਮੁਸ਼ਕਲਾਂ ਨਾਲ ਪੜ੍ਹਾਇਆ। ਮੈਂ ਕਹਿੰਦੀ ਕਿ ਚਲੋ ਇੱਦਾਂ ਦੀ ਮੰਮੀ ਹੈ ਨਾ, ਹਰ ਇੱਕ ਨੂੰ ਦੋਵੇ ਵਾਹਿਗੁਰੂ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਜਿਹੜੀ ਜ਼ਮਾਨਾ ਕਿੱਦਾਂ ਦਾ ਚੱਲਦਾ ਪਿਆ ਹੈ ਨਾ, ਦੁਨੀਆ ਉੱਦਾਂ ਨਹੀਂ ਟਲਦੀ, ਅਤੇ ਮੇਰੀ ਮੰਮੀ ਵਿਚਾਰੇ ਨੇ ਸਾਨੂੰ ਪਿਓ ਤੋਂ ਬਿਨਾਂ 25 ਸਾਲ ਸਾਨੂੰ ਪਾਲਿਆ, ਬਹੁਤ ਵੱਡੀ ਗੱਲ ਆ, ਠੀਕ ਆ। ਅਤੇ ਮੇਰੇ ਮੰਮਾ ਜਦੋਂ ਬ੍ਰਦਰ ਦੀ ਡੈਥ ਹੋਣ ਤੋਂ ਬਾਅਦ ਫਿਰ ਮੇਰੇ ਮੰਮਾ ਨੇ ਬਿਊਟੀ ਪਾਰਲਰ ਦਾ ਕੰਮ ਕੀਤਾ ਸ਼ੁਰੂ, ਅਤੇ ਉਹ ਮੇਰੇ ਮਾਸਟਰ ਜੀ ਦੀ ਸ਼ੋਪ ਸੀਗੀ, ਉੱਥੇ ਨਾਲ ਕਰਾਉਂਦੇ ਹੁੰਦੇ ਸੀ, ਅਤੇ ਨਾਲ ਮੇਰੇ ਨਾਲ ਕਰਾਉਂਦੇ ਹੁੰਦੇ ਸਿਲਾਈ। ਸੋ ਮੇਰੇ ਮੰਮਾ ਨੇ ਕਿਤੇ ਕੰਮ 'ਤੇ ਨਹੀਂ ਕੀਤਾ, ਬਸ ਹਾਂ ਸਿਲਾਈ ਬਹੁਤ ਕੀਤੀ ਮੇਰੇ ਮੰਮਾ ਨੇ ਨਾਲ ਨਾਲ, ਕਿ ਅਸੀਂ ਦੋਵਾਂ ਮਾਵਾਂ ਧੀਆਂ ਨੇ 12-12 ਘੰਟੇ ਮਸ਼ੀਨ 'ਤੇ ਬਹਿ ਰਹਿਣਾ, ਤੋ ਉਦੋਂ ਇੰਨੇ ਪੈਸੇ ਵੀ ਨਹੀਂ ਮਿਲਦੇ, ਬਟ ਇਹ ਸੀਗਾ ਚਲੋ ਹੱਥ ਮਤਲਬ ਆਪਣੇ ਮਤਲਬ ਘਰ ਦਾ ਖਰਚਾ ਹੋਈ ਜਾਊਗਾ, ਸੋ ਆਪਾਂ ਸਿਲਾਈ ਦਾ ਕੰਮ ਨੂੰ ਫਿਰ ਉਹ ਆਪਾਂ ਕਰਨਾ ਸ਼ੁਰੂ ਕਰ ਦਿੱਤਾ ਸਿਲਾਈ ਦਾ। ਹਰਮਨ ਦੀ ਗੱਲ ਕਰੀਏ, ਪਿਤਾ ਦੀ ਗੱਲ ਕਰੀਏ, ਹਮੇਸ਼ਾ ਖਾਸ ਕਰ ਧੀਆਂ ਜਿਹੜੀਆਂ ਨੇ ਬਾਬੋ ਦੀਆਂ ਬਹੁਤ ਲਾਡਲੀਆਂ ਹੁੰਦੀਆਂ ਨੇ, ਪਿਤਾ ਦੀਆਂ ਖਾਸ ਕਰਕੇ ਬਹੁਤ ਲਾਡਲੀਆਂ ਹੁੰਦੀਆਂ ਨੇ, ਪਿਤਾ ਦੀ ਕਿੰਨੀ ਕੁ ਯਾਦ ਆਉਂਦੀ ਆ, ਉਹ ਪਿਤਾ ਦਾ ਉਹ ਜਿਹੜੇ ਬੀਤਾ ਸਮਾਂ ਸੀ ਕਿੰਨਾ ਕੁ ਯਾਦ ਆਉਂਦਾ, ਬਚਪਨ 'ਚ ਜਿਹੜੀਆਂ ਪਿਤਾ ਦੇ ਨਾਲ ਕਹਿ ਲਓ ਵੀ ਦਿਨ ਬਿਤਾਏ ਸੀ, ਹਮੇਸ਼ਾ ਉਹ ਕਿੰਨੇ ਕੁ ਯਾਦ ਆਉਂਦੇ ਨੇ, ਕਿਉਂਕਿ ਧੀਆਂ ਬਹੁਤ ਲਾਡਲੀਆਂ ਹੁੰਦੀਆਂ ਆਪਣੀਆਂ ਪਿਤਾ ਦੀਆਂ, ਜਦੋਂ ਇਕੱਲਿਆਂ ਬੈਠਦੇ ਹੋ ਸੇੜੀ ਉੱਤੇ ਅਤੇ ਕਿੰਨਾ ਕੁ ਮਨ ਉਦਾਸ ਹੁੰਦਾ, ਅਤੇ ਫਿਰ ਕਿੰਨਾ ਕੁ ਯਾਦ ਆਉਂਦੀ ਆ ਪਿਤਾ ਦੀ? ਯਾਦ ਤਾਂ ਬਹੁਤ ਆਉਂਦੀ ਹੈ, ਖਾਸ ਕਰ ਉਦੋਂ ਜਦੋਂ ਕਿਤੇ ਅਸੀਂ ਰੇਹੜੀ 'ਤੇ ਬਹਿੰਦੇ ਲੰਘਦੇ ਚੜ੍ਹਦੇ ਕਿਸੇ ਆਪਾਂ ਦੇਖ ਲੈਂਦੇ ਹਾਂ ਨਾ ਪਿਓ ਧੀ ਨੂੰ, ਫਿਰ ਉਦੋਂ ਸਗੋਂ ਬੰਦੇ ਨੂੰ ਜ਼ਿਆਦਾ ਯਾਦ ਆਉਂਦੀ, ਹਾਂ ਕਿ ਸ਼ਾਇਦ ਮੇਰੇ ਵੀ ਪਾਪਾ ਆਉਂਦੇ, ਸ਼ਾਇਦ ਅਸੀਂ ਇੱਥੇ ਨਾ ਹੁੰਦੇ ਇਸ ਟਾਈਮ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਹਾਲਾਤ ਜਦੋਂ ਪਿਤਾ ਦਾ ਨਾਲ ਆ ਅਤੇ ਧੀ ਦਾ ਮਨ ਵੀ ਜ਼ਰੂਰ ਭਰ ਆ, ਕਿਉਂਕਿ ਅੱਖਾਂ ਭਰ ਆਉਂਦੀਆਂ ਨੇ। ਪਿਤਾ ਅਜਿਹੀ ਇੱਕ ਚੀਜ਼ ਆ, ਜਦੋਂ ਪਿਤਾ ਦਾ ਸਾਇਆ ਸਿਰ 'ਤੇ ਹੋਵੇ ਨਾ, ਅਤੇ ਵੱਡੀ ਲੜਾਈ ਵੱਡੀ ਜੰਗ ਜਿਹੜੀ ਲੜੀ ਜਾ ਸਕਦੀ ਆ, ਅਤੇ ਪਿਤਾ ਦੇ ਸਾਏ ਦੇ ਨਾਲ ਬੰਦਾ ਬੇਫਿਕਰ ਹੋ ਜਾਂਦਾ, ਖਾਸ ਕਰਕੇ ਧੀਆਂ ਜਿਹੜੀਆਂ ਨੇ। ਹਰਮਨ ਹਮੇਸ਼ਾ ਅਸੀਂ ਦੇਖਦੇ, ਖਾਸ ਕਰਕੇ ਧੀਆਂ ਨੂੰ ਹਮੇਸ਼ਾ ਪਿਤਾ ਦਾ ਬਹੁਤ ਸਾਇਆ ਦੀ ਲੋੜ ਹੁੰਦੀ ਆ, ਜਿੱਥੇ ਮਰਜ਼ੀ ਚੱਲ ਜਾਣ, ਜਿੱਥੇ ਮਰਜ਼ੀ ਆ ਜਾਣ, ਜਦੋਂ ਪਿਤਾ ਨਾਲ ਹੁੰਦੇ ਨੇ ਤਾਂ ਧੀਆਂ ਬੇਪਰਵਾਹ ਜਾਂਦੀਆਂ ਨੇ ਕਿ ਸਾਡਾ ਬਾਬੂ ਸਾਡਾ ਨਾਲ ਆ, ਸਾਡਾ ਪਿਤਾ ਸਾਡੇ ਨਾਲ ਆ। ਕੀ ਕਹਿਣਾ ਚਾਹੋਗੇ? ਕਿਉਂਕਿ ਇੱਕ ਪਿਓ ਧੀ ਦਾ ਰਿਸ਼ਤਾ ਹੁੰਦਾ ਜੋ ਬਿਨਾਂ ਕਿਸੇ ਮਤਲਬ ਤੋਂ ਹੁੰਦਾ, ਬਾਕੀ ਸਾਰੇ ਰਿਸ਼ਤੇ ਤੁਹਾਡੇ ਮਾਂ ਪਿਓ ਤੋਂ ਇਲਾਵਾ ਸਾਰੇ ਤੁਹਾਡੇ ਮਤਲਬ ਦੇ ਰਿਸ਼ਤੇ ਹੁੰਦੇ ਆ, ਬਾਕੀ ਸਿਰਫ ਇੱਕ ਜਿਹੜਾ ਪਿਓ ਧੀ ਦਾ ਰਿਸ਼ਤਾ ਨਾ ਉਹ ਤੁਹਾਡਾ ਬਿਨਾਂ ਮਤਲਬ ਤੋਂ ਹੁੰਦਾ, ਤੁਹਾਡਾ ਰਿਸ਼ਤਾ ਵਾਲਾ ਕਿ ਤੁਹਾਡੀ ਬਿਨਾਂ ਬੁਝੇ ਤੁਹਾਡੀ ਹਰ ਇੱਕ ਗੱਲ ਸਮਝ ਲੈਣੀ, ਜਿਹੜੀ ਤੁਸੀਂ ਚੀਜ਼ ਕਹਿਣੀ ਉਹ ਤੁਹਾਨੂੰ ਲੈ ਕੇ ਦੇ ਰਹਿਣੀ ਤੁਹਾਡੇ ਪਿਓ ਨੇ। ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਵੀ ਭਰ ਆਈਆਂ ਨੇ, ਕਿਉਂਕਿ ਜਦੋਂ ਪਿਤਾ ਦੀ ਗੱਲ ਯਾਦ ਆਉਂਦੀ ਆ, ਪਿਤਾ ਦੀ ਗੱਲ ਆਉਂਦੀ ਆ, ਅਤੇ ਹਮੇਸ਼ਾ ਹੀ ਜਿਹੜਾ ਉਹ ਦਿਲ ਜਿਹੜਾ ਉਹ ਭਰ ਆਉਂਦਾ ਵਾ। ਅਤੇ ਮੈਨੂੰ ਵੀ ਪਤਾ ਲੱਗਾ ਵੀ ਕਹਿੰਦੇ ਤੁਹਾਡੀ ਜਿਹੜੀ ਚਿਹਰਾ ਵੀ ਜਿਹੜਾ ਸ਼ਕਲ ਵੀ ਆ ਤੁਹਾਡੇ ਪਿਤਾ ਜੀ ਨਾਲ ਮਿਲਦੀ ਆ, ਇਹਦੇ ਬਾਰੇ ਕੀ ਕਹਿਣਾ? ਕਿਉਂਕਿ ਉਹ ਕਹਿੰਦੇ ਆ ਨਾ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਦਾ ਜਿਹੜਾ ਪਿਆਰ ਜ਼ਿਆਦਾ ਆਪਣੇ ਪਿਤਾ ਨਾਲ ਹੁੰਦਾ, ਮੇਰੀ ਸ਼ਕਲ ਮੇਰੇ ਸੇਮ ਪਾਪਾ ਵਰਗੀ ਹੈ। ਬਿਲਕੁਲ, ਖਾਸ ਕਰਕੇ ਮੈਂ ਬਿਲਕੁਲ ਖਾਸ ਕਰਕੇ ਵੀ ਕਹਾਂਗਾ, ਵਾਕਈ ਧੀਆਂ ਜਿਹੜੀਆਂ ਆਪਣੀਆਂ ਪਿਤਾ ਦੀਆਂ ਲਾੜੀਆਂ ਹੁੰਦੀਆਂ ਨੇ, ਅਤੇ ਹਮੇਸ਼ਾ ਜਿਹੜਾ ਚਿਹਰਾ ਵਾ ਵਾਕਈ ਆਪਣੇ ਪਿਤਾ ਨਾਲ ਮਿਲਣਾ ਹੁੰਦਾ। ਹਰਪਨ ਦੀ ਮੇਰੇ ਵੀ ਧੀ ਆ, ਅਤੇ ਮੇਰੀ ਧੀ ਦੀ ਸ਼ਕਲ ਵੀ ਮੇਰੇ ਨਾਲ ਬਹੁਤ ਮਿਲਦੀ ਆ, ਅਤੇ ਸਾਰੇ ਕਹਿੰਦੇ ਆ ਵੀ ਤੂੰ ਆਪਣੇ ਬਾਪ ਵਰਗੀ ਆ, ਆਪਣੇ ਪਿਤਾ ਵਰਗੀ ਆ, ਇਸ ਤਰ੍ਹਾਂ ਕਹਿੰਦਾ। ਫਿਰ ਮਨ ਨੂੰ ਕਿੰਨਾ ਕੁ ਚੰਗਾ ਲੱਗਦਾ? ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਮੇਰਾ ਪਿੰਡ ਲੋਪੇ ਕਿਚ ਗਾਵਾਂ, ਜਦੋਂ ਮੈਂ ਉੱਥੇ ਜਾਂਦੀ ਹਾਂ ਨਾ, ਅਤੇ ਮੇਰੇ ਮਤਲਬ ਮੇਰੀ ਸ਼ਕਲ ਵੇਖ ਕੇ ਕਹਿੰਦੇ ਕਿ ਤੂੰ ਕੁਲਵੰਤ ਸਿੰਘ ਦੀ ਕੁੜੀ ਆ, ਮਤਲਬ ਮੇਰੀ ਸ਼ਕਲ ਤੋਂ ਮੈਨੂੰ ਪਛਾਣ ਲੈਂਦੀ ਕਿ ਮੈਂ ਇਹਦੀ ਕੁੜੀ। ਮੈਨੂੰ ਬੜੀ ਖੁਸ਼ੀ ਹੁੰਦੀ ਕਿ ਜਦੋਂ ਮੈਨੂੰ ਮੇਰੇ ਪਾਪਾ ਦੇ ਨਾਣੇ ਸਾਰੇ ਜਾਣਦੇ ਆ ਨਾ, ਬਹੁਤ ਖੁਸ਼ੀ ਹੁੰਦੀ ਮੈਨੂੰ ਕਿ ਹਾਂ ਚਲੋ ਉਹ ਤਾਂ ਨਹੀਂ ਹੈ, ਪਰ ਵੇਖ ਕੇ ਪਛਾਣ ਤਾਂ ਲੈਂਦੇ ਨੇ ਕਿ ਹਾਂ ਕੁਲਵੰਤ ਦੀ ਕੁੜੀ ਹੈ, ਬਸ ਬੜੀ ਖੁਸ਼ੀ ਹੁੰਦੀ ਆ ਮੈਨੂੰ ਸਗੋਂ। ਅਤੇ ਮੈਨੂੰ ਇਸ ਹਰਮਨ ਜਦੋਂ ਬਾਕੀ ਜਿਹੜੀਆਂ ਧੀਆਂ ਨੇ ਆਪਣੇ ਬਾਪ ਦੇ ਨਾਲ ਬਾਜ਼ਾਰ ਜਾਂਦੀਆਂ ਨੇ ਜਾਂ ਦਿਨ ਤਿਆਰ ਹੁੰਦਾ,
ਅਤੇ ਖਾਸ ਕਰਕੇ ਜਦੋਂ ਵਿਆਹ ਵਾਲਾ ਦਿਨ ਹੁੰਦਾ ਵਾ, ਹਾਂ ਚਲੋ ਹਜੇ ਤਾਂ ਤੂੰ ਪੜ੍ਹਾਈ ਲਿਖਾਈ ਕਹਿੰਦੀ ਆ ਵੱਡਾ ਬਣਿਆ, ਜਦੋਂ ਕਿਤੇ ਵਿਆਹ ਦੀ ਦਿਨ ਹੁੰਦੇ ਆ, ਅਸੀਂ ਦੇਖਦੇ ਹਾਂ ਵੀ ਹਮੇਸ਼ਾ ਪਿਤਾ ਜਿਹੜਾ ਵਾ ਉਹ ਦਾਨ ਕੰਨਿਆ ਦਾਨ ਕਰਦਾ ਧੀ ਦਾ, ਉਹ ਫਿਰ ਜਿਹੜਾ ਸਮਾਂ ਹੋਊਗਾ ਕਿਸ ਤਰ੍ਹਾਂ ਲਗਾਏਗੀ, ਉਹ ਕਿਸ ਤਰ੍ਹਾਂ ਫਿਰ ਮਨ 'ਚ ਵਿਚਾਰ ਹੈਗੇ, ਕਿੰਨੇ ਕੁ ਸੋਚਾਂ ਪੈਂਦੀਆਂ ਨੇ ਵੀ ਅੱਜ ਮੇਰਾ ਵੀ ਪਿਤਾ ਹੁੰਦਾ ਧੀ ਨੂੰ ਲੈ ਕੇ, ਮਨ ਦੁਖੀ ਤਾਂ ਹੋਊਗਾ ਕਦੀ? ਚਲੋ ਕੋਈ ਨਹੀਂ, ਜੇ ਕਹਿੰਦੇ ਨਾ ਆਉਣਾ ਜਾਣਾ ਤਾਂ ਲੱਗਿਆ ਰਹਿਣਾ, ਜੇ ਗੁਰੂ ਰਾਮਦਾਸ ਨੇ ਪਾਈ ਤਾਂ ਕੱਟਣੀ ਵੀ ਉਨੀ ਹੈ। ਚਲੋ ਕੋਈ ਨਹੀਂ, ਹਲੇ ਚੀਜ਼ ਬਾਰੇ ਨਹੀਂ ਸੋਚੀ, ਤਾਂ ਜਦੋਂ ਹੁਣ ਆਊਗਾ ਵੇਖੀ ਜਾਊਗੀ ਉਦੋਂ। ਅਤੇ ਹਰ ਵਾਰ ਜਦੋਂ ਪਿਤਾ ਦਾ ਸਾਇਆ ਜਾਂਦਾ, ਉਹ ਤੋਂ 5 ਸਾਲ ਬਾਅਦ ਹੀ ਜਿਹੜਾ ਭਰਾ ਚੱਲ ਜਾਂਦਾ ਦੁਨੀਆ ਤੋਂ, ਅਤੇ ਕੀ ਫਿਰ ਰੱਬ ਨਾਲ ਕਦੀ ਹੁੰਦਾ ਨਾਰਾਜ਼ਗੀ ਹੁੰਦੀ ਆ ਵੀ ਪਹਿਲਾਂ ਪਿਤਾ ਸਾਇਆ ਚੱਲ ਗਿਆ, ਉਸ ਤੋਂ ਬਾਅਦ ਜਿਹੜਾ ਭਰਾ ਚੱਲ ਗਿਆ? ਕਿਉਂਕਿ ਰੱਖੜੀ ਹੁੰਦੀ ਆ, ਰੱਖੜੀ ਧੀਆਂ ਨੂੰ ਭੈਣਾਂ ਨੂੰ ਖਾਸ ਕਰਕੇ ਬਹੁਤ ਉਡੀਕ ਹੁੰਦੀ ਆ ਵੀ ਉਹਨਾਂ ਦਾ ਭਰਾ ਵਾਸਤੇ ਲੰਬੀਆਂ ਦੁਆਵਾਂ ਮੰਗਦੀਆਂ ਨੇ। ਤੂੰ ਵੀ ਇੱਕ ਭੈਣ ਆ, ਬੜੀਆਂ ਦੁਆਵਾਂ ਮੰਗੀਆਂ ਹੋਣਗੀਆਂ ਆਪਣੇ ਭਰਾ ਵਾਸਤੇ, ਰੱਖੜੀ ਦਿਨ ਜਿਹੜਾ ਹਮੇਸ਼ਾ ਦਿਨ ਯਾਦ ਆਉਂਦਾ, ਤਾਂ ਫਿਰ ਕਿੰਨਾ ਕੁ ਮਨ ਦੁਖੀ ਹੁੰਦਾ ਵੀ ਅੱਜ ਮੇਰਾ ਭਰਾ ਸ਼ਾਇਦ ਹੁੰਦਾ ਨਾਲ, ਅਤੇ ਅੱਜ ਬੜਾ ਵੱਡਾ ਭਰਾ ਹੋਣਾ ਸੀ ਮੇਰੇ ਨਾਲ, ਅਤੇ ਸਾਰੀਆਂ ਜਿਹੜੀਆਂ ਰੀਝਾਂ ਸੀ ਉਹ ਭਰਾ ਨੇ ਪੂਰੀਆਂ ਕਰਨੀਆਂ ਸੀ। ਦੁੱਖ ਦਿੰਦਾ ਕਿ ਹਾਂ ਜੀ ਮੇਰਾ ਵੱਡਾ ਭਰਾ ਆਉਂਦਾ, ਉਹਨੇ ਸਗੋਂ ਮੇਰਾ ਇੱਕ ਪਿਓ ਦੇ ਵਾਂਗੂ ਸਾਥ ਦੇਣਾ ਸੀ ਇਹਨੇ ਮੇਰਾ, ਬਟ ਚਲੋ ਕਹਿੰਦੇ, ਪਰ ਵਾਹਿਗੁਰੂ ਨਾਲ ਕੋਈ ਨਾਰਾਜ਼ਗੀ ਨਹੀਂ ਹੈਗੀ, ਕਿਉਂਕਿ ਉਹ ਜੋ ਕਰਦਾ ਸਹੀ ਕਰਦਾ। ਅਸੀਂ ਕੁਛ ਹੋਰ ਸੋਚਦੇ ਹਾਂ, ਕੁਛ ਹੋਰ ਸੋਚਿਆ ਹੁੰਦਾ, ਸਾਨੂੰ ਕਦੇ ਵੀ ਉਹਦੇ ਕੀਤੇ 'ਤੇ ਇਹ ਨਹੀਂ ਕਹਿਣਾ ਚਾਹੀਦਾ ਕਿ ਤਰਕ ਨਹੀਂ ਕਰਨਾ ਚਾਹੀਦਾ ਕਿ ਹਾਂ ਯਾਰ ਇਹਨੇ ਕਿ ਵਾਹਿਗੁਰੂ ਨੇ ਮਾੜਾ ਕੀਤਾ, ਨਹੀਂ ਉਹ ਜੋ ਕਰਦਾ ਤੁਹਾਡੇ ਵਾਸਤੇ ਸਹੀ ਹੀ ਕਰਦਾ। ਚਲੋ ਆਉਣਾ ਜਾਣਾ ਤਾਂ ਹੁਣ ਤਾਂ ਸਾਰਿਆਂ ਨੇ ਜਾਣਾ, ਠੀਕ ਹੈ, ਜਿਹੜਾ ਆਇਆ ਵਾ ਉਹਨੇ ਜਾਣਾ ਵੀ ਜਾਣਾ ਦੁਨੀਆ ਤੋਂ। ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਕਿ ਆਪਾਂ ਵਾਹਿਗੁਰੂ ਨਾਲ ਤਰਕ ਕਰੀ, ਹਾਂ ਤੁਸੀਂ ਉਹਨੂੰ ਖੜਿਆ ਕਿ ਉਹ ਕਿਉਂ ਗਿਆ ਇਸ ਦੁਨੀਆ ਤੋਂ, ਨਹੀਂ ਜੋ ਉਹਨੇ ਉਹ ਜੋ ਕਰਦਾ ਸਹੀ ਹੀ ਕਰਦਾ ਵਾ। ਬਾਕੀ ਹਾਂ ਜਦੋਂ ਕੋਈ ਟਾਈਮ ਤੋਂ ਜਦੋਂ ਬਿਨਾਂ ਪੈਸਿਆਂ ਤੋਂ ਚਲ ਜਾਂਦਾ ਨਾ ਕਿ ਹਾਂ ਕਿਸੇ ਦਾ ਇਲਾਜ ਨਹੀਂ ਹੋਇਆ, ਫਿਰ ਬੰਦੇ ਨੂੰ ਦੁੱਖ ਹੁੰਦਾ ਵਾ, ਬਾਕੀ ਉੱਦਾਂ ਨਹੀਂ ਹੁੰਦਾ ਕਿ ਹਾਂ ਚਲੋ ਗੁਰੂ ਰਾਮਦਾਸ ਜੋ ਕਰਦਾ ਸਹੀ ਕਰਦਾ। ਅਤੇ ਮੈਨੂੰ ਇਸ ਹਰਮਨ ਜਦੋਂ ਰੇਡੀ ਲਾਏ ਸੀ ਤੁਸੀਂ ਮਾਵਾਂ ਧੀਆਂ ਨੇ, ਰਿਸ਼ਤੇਦਾਰ ਭੈਣ ਭਰਾ ਦਾ ਕੀ ਕਹਿਣਾ ਸੀ? ਅਸੀਂ ਦੇਖਦੇ ਕਈ ਰਿਸ਼ਤੇਦਾਰ ਭੈਣ ਭਰਾ ਬੜੀਆਂ ਗੱਲਾਂ ਵੀ ਕਰਦੇ ਨੇ, ਹਰ ਕੋਈ ਤਾਰੀਫਾਂ ਨਹੀਂ ਕਰਦਾ ਵੀ ਚਲੋ ਇਹ ਮਿਹਨਤ ਕਰ ਰਹੇ ਨੇ, ਕਈ ਲੋਕ ਗੱਲਾਂ ਵੀ ਬਹੁਤ ਕਰਦੇ ਹੋਣਗੇ ਰਿਸ਼ਤੇਦਾਰ ਭੈਣ ਭਰਾ ਵੀ ਇਹ ਮਾਵਾਂ ਧੀਆਂ ਨੇ ਕਿਹੜਾ ਕੰਮ ਫੜ ਲਿਆ, ਸ਼ਹਿਰ ਜਾ ਕੇ ਕਿਹੜਾ ਕੰਮ ਕਰਦੀਆਂ ਨੇ, ਕਿਤੇ ਸਾਡਾ ਨਾ ਕਿ ਨਾ ਕਿਤੇ ਬੜਾ ਦੇਣ, ਬੜੀਆਂ ਲੋਕ ਗੱਲਾਂ ਕਰਦੇ ਹੋਣਗੇ, ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਕਦੀ? ਹਾਂ ਹੈਗਾ ਵਾ, ਹੈਗੇ ਸਾਡੇ ਰਿਸ਼ਤੇਦਾਰ ਵੀ ਤੇਰੇ, ਪਰ ਸਾਡਾ ਰਿਸ਼ਤੇਦਾਰ ਨਾਲ ਕੋਲਾਂ ਜਾਣਾ ਬਹੁਤ ਘੱਟ ਆ, ਕਿਉਂਕਿ ਸਾਨੂੰ ਪਤਾ ਕਿਉਂਕਿ ਜਦੋਂ ਸਾਨੂੰ ਕਿਸੇ ਨੇ ਖਾਣ ਨੂੰ ਥੋੜ੍ਹੀ ਦੇ ਕੇ ਜਾਣਾ ਘਰੇ ਸਾਡੇ, ਹੈ ਨਾ, ਖਾ ਜਦੋਂ ਅਸੀਂ ਆਪ ਹੀ ਖਾਣਾ, ਸਾਰਾ ਕੁਛ ਆਪੇ ਕਰਨਾ ਵਾ, ਆਪੇ ਕਮਾਉਣਾ, ਫਿਰ ਸਾਨੂੰ ਰਿਸ਼ਤੇਦਾਰਾਂ ਦੀ ਸਾਨੂੰ ਕਦੀ ਪਰਵਾਹ ਨਹੀਂ ਕਰਨੀ ਚਾਹੀਦੀ, ਸਾਡੇ 'ਚ ਵੀ ਹੈਗੇ ਆ, ਬਟ ਅਸੀਂ ਉਹਨਾਂ ਦੀ ਪਰਵਾਹ ਨਹੀਂ ਕਰਦੇ, ਠੀਕ ਹੈ ਚਲੋ, ਕਿਉਂਕਿ ਗੁਰੂ ਰਾਮਦਾਸ ਨੇ ਸਾਡੇ ਜੋ ਸਾਡੇ ਲਈ ਲਿਖਿਆ ਸੀਗਾ ਕਿ ਪਤਾ ਉਹਨੇ ਇਹ ਤੋਂ ਹੀ ਵੱਡਾ ਨਹੀਂ ਸੋਚਿਆ ਸਾਡੇ ਵਾਸਤੇ, ਕਿਉਂਕਿ ਕੋਈ ਵੀ ਕੰਮ ਦੀ ਸ਼ੁਰੂਆਤ ਹਮੇਸ਼ਾ ਛੋਟੇ ਤੋਂ ਹੀ ਹੁੰਦੀ ਆ, ਹਮੇਸ਼ਾ ਆਪਾਂ ਯਕਦਮ 'ਤੇ ਹੀ ਆਪਣੀ ਮੰਜ਼ਿਲ 'ਤੇ ਪਹੁੰਚ ਨਹੀਂ ਜਾਂਦੇ, ਸੋ ਹਰ ਇੱਕ ਦੀ ਕੰਮ ਛੋਟੇ ਤੋਂ ਹੁੰਦੀ ਆ। ਸੋ ਗੁਰੂ ਰਾਮਦਾਸ ਨੇ ਜੇ ਸਾਡਾ ਕੰਮ ਖੋਲਿਆ ਨਾ, ਇਹ ਸਾਡੇ ਕਰਮਾਂ 'ਚ ਲਿਖਿਆ ਵਾ, ਅਤੇ ਕੀ ਪਤਾ ਇਹਦੇ ਤੋਂ ਹੀ ਉਹਨੇ ਸਾਡੇ ਵਾਸਤੇ ਕੁਛ ਵੱਡਾ ਸੋਚਿਆ ਹੋਵੇ। ਸੋ ਰਿਸ਼ਤੇਦਾਰ ਦੀ ਪਰਵਾਹ ਨਹੀਂ ਹੁੰਦੀ, ਜੇ ਬਸ ਜ਼ਿਆਦਾ ਤਾਂ ਬਸ ਗੁਰੂ ਰਾਮਦਾਸ ਹੈ ਕਿ ਉਹਨੇ ਕਰਨਾ ਜੋ ਕਰਨਾ ਬਸ, ਹੋਰ ਕਿਤੇ ਨਹੀਂ, ਹੁਣ ਉਹ ਟਾਸਰਾ ਹੈਗਾ ਬਸ, ਉਹੀ ਆ ਜੋ ਹੈਗਾ ਕਿ ਬੰਦੇ ਇਤਿਹਾਸ ਨਹੀਂ, ਕਿਸੇ ਇਤਿਹਾਸ ਨਹੀਂ ਹੈਗੀ। ਬਿਲਕੁਲ ਜੀ, ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਧੀ ਆ ਹਰਮਨਦੀਪ, ਇਸ ਦਾ ਨਾਂ ਆ, 5 ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਆ, ਅਤੇ ਉਸ ਤੋਂ 5 ਸਾਲ ਬਾਅਦ ਭਰਾ ਦੀ ਮੌਤ ਹੋ ਜਾਂਦੀ ਆ। ਦੋ ਜ਼ਿੰਦਗੀ ਜਿਹੜੇ ਅਹਿਮ ਰਿਸ਼ਤੇ ਨੇ ਉਹ ਦੁਨੀਆ ਤੋਂ ਚੱਲ ਜਾਂਦੇ ਨੇ, ਪਰ ਫਿਰ ਵੀ ਇਸ ਧੀ ਦਾ ਜਿਗਰਾ ਦੇਖੋ, ਕਦੀ ਵੀ ਪਰਮਾਤਮਾ ਨਾਲ ਨਾਰਾਜ਼ਗੀ ਨਹੀਂ ਹੋਈ, ਕਦੀ ਵੀ ਰੱਬ ਦੇ ਗਾੜੀ ਕਦੀ ਮਿਹਣਾ ਨਹੀਂ ਮਾਰਿਆ। ਅਤੇ ਤੁਸੀਂ ਦੇਖ ਸਕਦੇ ਹੋ ਵੀ ਹਰਮਨ ਜਿਹੜੀ ਆ ਆਪਣੀ ਮਾਂ ਦੇ ਨਾਲ ਸਰਵਣ ਪੁੱਤ ਬਣ ਕੇ ਰੇਹੜੀ ਚਲਾ ਰਹੀ ਆ, ਰੇਹੜੀ ਦਾ ਕੰਮ ਕਰ ਰਹੀ ਆ, ਪ੍ਰਸ਼ਾਦੇ ਲਾ ਰਹੀ ਆ। ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਦੀ ਅਸੀਂ ਧੀਆਂ ਦੇਖਦੇ ਹਾਂ, ਮੋਬਾਈਲਾਂ ਉੱਤੇ ਲੱਗਦੀਆਂ ਨੇ, ਜ਼ਿਆਦਾਤਰ ਰੀਲਾਂ ਬਣਾਉਂਦੀਆਂ ਨੇ, ਵੀਡੀਓ ਬਣਾਉਂਦੀਆਂ ਨੇ, ਅਤੇ ਆਪਣੇ ਮਾਂ ਬਾਪ ਨੂੰ ਕਿਤੇ ਸ਼ਰਮ ਵੀ ਮਹਿਸੂਸ ਕਰਦੀਆਂ ਅਜਿਹੇ ਮਾਂ ਬਾਪ ਨੂੰ। ਪਰ ਇਹ ਜਿਹੜੀ ਧੀ ਆ ਸਰਵਣ ਪੁੱਤ ਬਣ ਕੇ ਆਪਣੇ ਮਾਂ ਦੇ ਨਾਲ ਰੇਹੜੀ ਲਾਉਂਦੀ ਆ ਕੜੀ ਚੌਲ ਦੀ, ਅਤੇ ਇਸ ਧੀ ਨੇ ਜਿਹੜਾ ਪੜ੍ਹਾਈ ਵੀ ਕੀਤੀ ਆ, BCA ਪੜ੍ਹਾਈ ਕੀਤੀ ਆ, ਉਹ ਵੀ ਇਸ ਰੇਹੜੀ ਉੱਤੋਂ ਹੀ ਜਿਹੜੀ ਕੀਤੀ ਆ ਮਿਹਨਤ ਕਰਕੇ ਆਪਣੀ ਮਾਤਾ ਦੇ ਨਾਲ। ਅਤੇ ਮੈਨੂੰ ਇਹ ਦੱਸ, ਅਸੀਂ ਦੇਖਦੇ ਵੀ ਜ਼ਿਆਦਾਤਰ ਧੀਆਂ ਮੈਂ ਜਿਵੇਂ ਗੱਲ ਕੀਤੀ, ਕਈ ਧੀਆਂ ਦੇ ਘਰ ਮੋਬਾਈਲ 'ਚ ਲੱਗੀਆਂ ਰਹਿੰਦੀਆਂ, ਸਾਰੀ ਦੀਆਂ ਰੀਲਾਂ ਹੀ ਬਣਾਉਂਦੀਆਂ ਰਹਿੰਦੀਆਂ ਵਨ ਸਵਨੀਆਂ, ਕੀ ਕਹਿਣਾ ਚਾਹੀਏ ਅਜਿਹੇ ਬਾਰੇ? ਵੈਸੇ ਨਾ ਆਪਾਂ ਰੀਲਾਂ ਬਣਾਉਂਦੇ ਜ਼ਰੂਰ, ਪਰ ਇਹਦਾ ਸਾਡੇ ਇਨ ਹੁਣ 'ਤੇ ਕੋਈ ਸਾਨੂੰ ਅਸਰ ਨਹੀਂ ਹੁੰਦਾ, ਪਰ ਇਨ ਫਿਊਚਰ ਸਾਡੀ ਲਾਈਫ 'ਚ ਬਹੁਤ ਜ਼ਿਆਦਾ ਮਾੜਾ ਅਸਰ ਹੁੰਦਾ, ਕਿਉਂਕਿ ਕੱਲ੍ਹ ਨੂੰ ਧੀਆਂ ਨੇ ਵਿਆਹੀਆਂ ਜਾਣਾ, ਹੈ ਨਾ,
ਕਿ ਕੱਲ੍ਹ ਨੂੰ ਤੁਹਾਡੇ ਪਿਓ ਨੂੰ ਕੋਈ ਆਣ ਕੇ ਕਹਿ ਦੇ ਕਿ ਤੁਸੀਂ ਇੱਦਾਂ ਇਹੋ ਜਿਹੇ, ਹਾਂ ਜੇ ਆਪਾਂ ਮਿਹਨਤ ਕਰਦੇ ਹਾਂ ਨਾ ਉਹਦਾ ਕੋਈ ਡਰ ਨਹੀਂ ਹੁੰਦਾ ਬੰਦੇ ਨੂੰ, ਜਦੋਂ ਆਪਾਂ ਇਹੋ ਜਿਹੇ ਕੋਈ ਕੰਮ ਕਰਦੇ ਹਾਂ ਨਾ ਉਹਦਾ ਕਿਤੇ ਨਾ ਕਿਤੇ ਆਣ ਕੇ ਬੰਦੇ ਨੂੰ ਮਿਹਣਾ ਵੱਜ ਹੀ ਜਾਂਦਾ। ਸੋ ਜਿਹੜੀ ਮਿਹਨਤ ਆ ਨਾ, ਜੋ ਜਿੰਨੀ ਹੋ ਸਕੇ ਬੰਦਾ ਮਿਹਨਤ ਕਰੇ, ਇਹਨਾਂ 'ਚ ਵੀ ਕੁਛ ਰੱਖਿਆ ਤਾਂ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ, ਠੀਕ ਹੈ। ਵੈਸੇ ਕਰਨੀ ਤਾਂ ਦੁਨੀਆ ਨੇ ਆਪਣੀ ਮਰਜ਼ੀ ਹੈ, ਅਸੀਂ ਤਾਂ ਬਸ ਬੋਲ ਹੀ ਸਕਦੇ ਹਾਂ, ਬਾਕੀ ਜਿੱਦਾਂ ਉਹਨਾਂ ਨੂੰ ਸਹੀ ਲੱਗਦਾ ਉਹਨਾਂ ਨੇ ਉੱਦਾਂ ਹੀ ਕਰਨਾ। ਬਾਕੀ ਮੈਨੂੰ ਇਹ ਕਿ ਬੰਦਾ ਹੁਣ ਜਿੰਨਾ ਜਿੰਨੇ ਕੁਛ ਬਣਨਾ ਨਾ ਉਹਨੇ ਇੱਥੇ ਹੀ ਬਣ ਜਾਣਾ, ਜਿੰਨੇ ਕੁਛ ਨਹੀਂ ਬਣਨਾ ਭਾਵੇਂ ਬਾਹਰ ਵੀ ਚੱਲ ਜਾਣਾ ਉਹ ਤਾਂ ਵੀ ਕੁਛ ਨਹੀਂ ਬਣ ਸਕਦਾ। ਇਸ ਹਰਮਨ ਜਦੋਂ ਦਿਨ ਤਿਉਹਾਰ ਹੁੰਦਾ, ਖਾਸ ਕਰਕੇ ਦੀਵਾਲੀ ਦੁਸਹਿਰਾ ਹੁੰਦਾ ਜਾਂ ਘਰ 'ਚ ਕੋਈ ਪ੍ਰੋਗਰਾਮ ਹੁੰਦਾ, ਉਦੋਂ ਫਿਰ ਕਿੰਨੇ ਜਦੋਂ ਤੁਸੀਂ ਸਾਰੇ ਭੈਣ ਭਰਾ ਬੈਠੇ ਹੁੰਦੇ ਹੋ, ਭੈਣਾਂ ਸਾਰੀਆਂ ਬੈਠੀਆਂ ਹੁੰਦੀਆਂ ਨਾਲ, ਮਾਤਾ ਜੀ ਬੈਠੇ ਹੁੰਦੇ ਨੇ, ਉਦੋਂ ਫਿਰ ਪਿਤਾ ਦੀ ਯਾਦ ਕਿੰਨੀ ਕੁ ਆਉਂਦੀ ਆ ਵੀ ਅੱਜ ਸ਼ਾਇਦ ਪਿਤਾ ਜੀ ਵਿੱਚ ਹੁੰਦੇ ਸਾਡੇ, ਅੱਜ ਖੁਸ਼ੀਆਂ ਹੋਰ ਸਾਂਝੀਆਂ ਹੋ ਜਾਣੀਆਂ ਸੀ, ਅੱਜ ਵਧੀਆ ਲੱਗਣਾ ਸੀ ਮਾਹੌਲ, ਕੀ ਫਿਰ ਕੀ ਕਹਿਣਾ ਚਾਹੋਗੇ ਭਾਈ? ਉਦੋਂ ਪਾਪਾ ਦੀ ਯਾਦ ਹੁੰਦੀ, ਬਟ ਆਪਾਂ ਹੁਣ ਜ਼ਿਆਦਾਤਰ ਕਦੇ ਦੀਵਾਲੀ ਕੁਛ ਕਦੇ ਮਨਾਇਆ ਹੀ ਨਹੀਂ ਚੰਗੀ ਤਰ੍ਹਾਂ ਕਦੇ ਆਪਾਂ ਅੱਜ ਤੱਕ, ਜੋ ਪਾਪਾ ਗਏ ਬ੍ਰਦਰ ਗਿਆ ਕਦੇ ਦੀਵਾਲੀ ਚੰਗੀ ਤਰ੍ਹਾਂ ਮਨਾ ਕੇ ਨਹੀਂ ਵੇਖੀ, ਨਾ ਲੋਹੜੀ ਕਦੇ ਮਨਾ ਕੇ ਵੇਖੀ, ਆਪਾਂ ਪਤਾ ਨਹੀਂ ਇੱਦਾਂ ਹੀ ਬਸ ਡੇਲੀ ਦਿਨਾਂ ਵਾਂਗੂ ਦਿਨ ਲੰਘ ਜਾਂਦੇ, ਕਿਤੇ ਕਦੇ ਮਾੜਾ ਮੋਟਾ ਜਨਮ ਦਿਨ ਕੋਈ ਕੇਕ ਕੱਟ ਜੇ ਕੋਈ, ਨਹੀਂ ਤਾਂ ਨਹੀਂ, ਮੈਂ ਕਦੇ ਵੱਡੇ ਵੀ ਨਹੀਂ ਮਨਾ ਕੇ ਵੇਖਿਆ ਆਪਣਾ ਕਦੇ ਚੰਗੀ ਤਰ੍ਹਾਂ, ਮੈਂ ਤਾਂ ਦਿਲ ਹੀ ਨਹੀਂ ਕਰਦਾ ਮਨ 'ਚ, ਆਵਾਜ਼ ਹੀ ਨਹੀਂ ਆਉਂਦੀ ਨਹੀਂ ਕੋਈ ਨਹੀਂ ਕੀ ਰੱਖਿਆ ਨਾ ਸਾਰਿਆਂ 'ਚ, ਕਿਉਂਕਿ ਬੰਦੇ ਦੀ ਉਮਰ ਤਾਂ ਘੱਟਦੀ ਹੈ ਜੇ ਅਸੀਂ ਜਨਮ ਦਿਨ ਮਨਾਉਂਦੇ ਵੀ ਹਾਂ, ਤਾਂ ਇੱਕ ਹਿਸਾਬ ਨਾਲ ਸਾਡੀ ਉਮਰ ਘੱਟ ਨਹੀਂ ਰਹੀ ਆ। ਸੋ ਇਹ ਤੋਂ ਇਹ ਤੋਂ ਵਧੀਆ ਕਿ ਚਲੋ ਟਾਈਮ ਕੀ ਕਹਿੰਦੇ ਆ ਮਿਹਨਤ ਕਰੋ, ਗੁਰੂ ਰਾਮਦਾਸ ਨੇ ਆਪੇ ਕੋਣ ਕੋ ਤੁਹਾਡੇ ਵਾਸਤੇ ਵਧੀਆ ਸੋਚਿਆ ਹੋਣਾ ਵਾ, ਬਾਕੀ ਚਲੋ ਫਿਰ ਹੁਣ ਇਹ ਹੁਣ ਆਪਣੇ ਆਪ ਨੂੰ ਪੱਕਾ ਹੋ ਗਿਆ ਕਿ ਚਲੋ ਜਿਹੜਾ ਆਇਆ ਉਹਨੇ ਜਾਣਾ ਵੀ ਆ, ਹੈ ਨਾ। ਬਟ ਚਲੋ ਕਿਤੇ ਨਾ ਕਿਤੇ ਡੈਡੀ ਦਾ ਦੁੱਖ ਹੁੰਦਾ ਕਿ ਪੈਸਿਆਂ ਕਰਕੇ ਸਿਰਫ ਰਹਿ ਗਈ, ਹੋਰ ਕੋਈ ਗੱਲ ਨਹੀਂ ਸੀ, ਇਹ ਬੜਾ ਦੁੱਖ ਯਾਰ ਮਾਰਦਾ ਕਿ ਚਲ ਪੈਸੇ ਹੁੰਦੇ ਸ਼ਾਇਦ ਮੇਰੇ ਪਾਪਾ 'ਚ ਰਹਿ ਜਾਂਦੇ, ਪਰ ਹੁਣ ਗੁਰੂ ਰਾਮਦਾਸ ਦੇ ਭਾਣੇ 'ਚ ਰਹਿੰਦੇ ਹੁਣ ਕਿ ਚਲੋ ਜੋ ਉਹਨੂੰ ਸਹੀ ਲੱਗਦਾ ਹੁੰਦਾ ਉਹੀ ਹੈ। ਅਤੇ ਹਰਮਨ ਇਹ ਜਿਹੜਾ ਬਗੋਚਾ ਵਾ, ਇਹ ਜਿਹੜਾ ਪਛਤਾਵਾ ਵਾ, ਇਹ ਸਾਰੀ ਉਮਰ ਰਹੂਗਾ ਕਿ ਸ਼ਾਇਦ ਅੱਜ ਪੈਸੇ ਹੁੰਦੇ ਤਾਂ ਸਾਡੇ ਪਿਤਾ ਜੀ ਨਾ ਜਾਂਦੇ, ਇਹ ਸਾਰੀ ਉਮਰ ਜਿੰਨੇ ਜੀਂਦੇ ਆ ਸਾਰੀ ਉਮਰ ਪਛਤਾਵਾ ਰਹੂਗਾ ਚੀਜ਼ ਦਾ। ਇਹ ਚੀਜ਼ ਤਾਂ ਮਨ 'ਚ ਹਮੇਸ਼ਾ ਆਉਂਦੀ ਰਹਿਣੀ ਕਿ ਜੇ ਪੈਸੇ ਹੁੰਦੇ ਸ਼ਾਇਦ ਪਾਪਾ ਮੇਰੇ ਨਾ ਜਾਂਦੇ, ਅਤੇ ਇੱਕ ਪੈਸਿਆਂ ਕਰਕੇ ਹੀ ਰਹਿ ਗਈ, ਹੋਰ ਤਾਂ ਕੋਈ ਗੱਲ ਹੀ ਨਹੀਂ, ਉਹਨਾਂ ਦਾ ਓਪਰੇਸ਼ਨ ਹੀ ਪੈਸੇ ਕਰਕੇ ਰਹਿ ਗਿਆ ਮੇਰੇ ਪਾਪਾ। ਪਰ ਕੀ ਲੱਗਦਾ ਹਰਮਨ, ਜੇਕਰ ਤੇਰੇ ਕੋਲ ਪੈਸੇ ਆ ਜਾਂਦੇ ਨੇ ਤਾਂ ਕਿਸੇ ਰਿਸ਼ਤੇਦਾਰ ਜਾਂ ਕਿਸੇ ਵੀ ਲੋੜਵੰਦ ਦੀ ਜ਼ਰੂਰ ਮਦਦ ਕਰੇਗੀ, ਕਿਉਂਕਿ ਇਹ ਤਾਂ ਮਾੜੇ ਸਮੇਂ 'ਚ ਲੰਘ ਗਈ ਆ, ਅੱਜ ਤੇਰੇ ਪਿਤਾ ਜੀ ਚਲ ਗਏ ਆ, ਜੇਕਰ ਤੇਰੇ ਕੋਲ ਪੈਸੇ ਹੁੰਦੇ ਤਾਂ ਸ਼ਾਇਦ ਤੇਰੇ ਪਿਤਾ ਜੀ ਨਾ ਜਾਂਦੇ। ਕੀ ਲੱਗਦਾ ਵੀ ਜੋ ਕਿਸੇ ਲੋੜਵੰਦ ਦੀ ਮਦਦ ਜ਼ਰੂਰ ਕਰੇਗੀ, ਜਿਹਦੇ ਕੋਲ ਪੈਸਾ ਲੋੜ ਹੋਊਗੀ, ਜਿਹਦਾ ਆਪਰੇਸ਼ਨ ਹੋਊਗਾ, ਕਿਸੇ ਮਦਦ ਕਰੇਗੀ ਨਾਲ ਖੜੀ? ਮੈਂ ਤਾਂ ਖੁਦ ਕਹਿੰਦੀ ਕਿ ਗੁਰੂ ਰਾਮਦਾਸ ਮੈਨੂੰ ਇੰਨੇ ਜੋਗਾ ਬਣਾਵੇ ਕਿ ਜਿਹੜੇ ਲੋਕ ਸੜਕਾਂ 'ਤੇ ਰੁਲੇ ਫਿਰਦੇ ਆ ਨਾ ਉਹਨਾਂ ਵਾਸਤੇ ਮੈਂ ਇੱਕ ਜਿੱਦਾਂ ਬਿਰਧ ਆਸ਼ਰਮ ਹੁੰਦਾ ਮੈਂ ਉਹੀ ਬਣਾ ਲਿਆ ਕਿ ਮੈਨੂੰ ਇਹ ਬੜੀ ਖੁਸ਼ੀ ਨਹੀਂ ਕਿ ਜਿਹੜੇ ਲੋਕ ਅੱਜ ਕੱਲ੍ਹ ਸੜਕਾਂ 'ਤੇ ਮੰਗਦੇ ਫਿਰਦੇ ਆ, ਲੋਕ ਆਪਣੇ ਮਾਂ ਪਿਓ ਦੇਖੋ ਸੋਚੋ ਕਿ ਲੋਕ ਮਾਂ ਪਿਓ ਆਪਣੇ ਛੱਡ ਜਾਂਦੇ ਇੱਦਾਂ ਹੀ, ਮੈਂ ਚਾਹੁੰਦੀ ਕਿ ਮੈਨੂੰ ਇੰਨਾ ਜੋਗਾ ਕਰਦੇ ਕਿ ਮੈਂ ਹਰ ਇੱਕ ਦੀ ਮਦਦ ਕਰ ਸਕਾਂ, ਕਰਨਾ ਵੀ ਮੈਨੂੰ ਵਾਹਿਗੁਰੂ ਨੇ ਆ, ਇਹ ਮੇਰੀ ਸੋਚ ਹੈ ਕਿ ਗੁਰੂ ਰਾਮਦਾਸ ਮੈਨੂੰ ਇੰਨਾ ਜੋਗਾ ਕਰਦੇ ਕਿ ਜੇ ਮੈਂ ਜਿੱਦਾਂ ਅੱਜ ਜਿੱਦਾਂ ਮੇਰੇ ਪਾਪਾ ਗਏ ਆ ਇੱਦਾਂ ਕਿ ਕਿਸੇ ਹੋਰ ਦਾ ਕੋਈ ਜੀ ਨਾ ਜਾਵੇ ਇੱਦਾਂ। ਹਰ ਵਾਰ ਸੁਪਨਾ ਕੀ ਸੀ, ਜੇਕਰ ਪਿਤਾ ਜੀ ਹੁੰਦੇ ਕੀ ਸੁਪਨਾ ਰੱਖਿਆ ਸੀ ਹਰਮਨ ਨੂੰ ਵੱਡਿਆਂ ਹੋ ਕੇ ਕੀ ਬਣਾਉਣ ਦਾ ਅਤੇ ਕੀ ਕਹਿਣਾ ਚਾਹੀਏ ਆਪਣੇ ਬਾਰੇ? ਮੇਰਾ ਸੁਪਨਾ ਸੀਗਾ ਫੈਸ਼ਨ ਡਿਜ਼ਾਇਨਰ ਬਣਨ ਦਾ, ਕਿਉਂਕਿ ਮੈਂ ਆਪਣੀ ਲਾਈਫ 'ਚ ਸਿਲਾਈ ਬਹੁਤ ਜ਼ਿਆਦਾ ਕੀਤੀ ਹੋਈ ਸੀ, ਅਤੇ ਸੋ ਮੇਰਾ ਸੁਪਨਾ ਸੀ ਕਿ ਚਲੋ ਮੈਂ ਇੱਕ ਫੈਸ਼ਨ ਡਿਜ਼ਾਇਨਰ ਬਣਾ, ਬਟ ਉਹ ਮੇਰਾ ਸੁਪਨਾ ਘਰ ਦੀ ਮਜਬੂਰੀਆਂ ਕਰਕੇ ਪਿੱਛੇ ਰਹਿ ਗਿਆ। ਫਿਰ ਮੈਂ ਸੁਪਨੇ ਨੂੰ ਜ਼ਰੂਰੀ ਨਹੀਂ ਸਮਝਿਆ, ਮੈਂ ਜ਼ਰੂਰੀ ਸਮਝਿਆ ਆਪਣੀ ਪਰਿਵਾਰ ਸਮਝਿਆ ਪਹਿਲਾਂ ਆਪਣਾ ਬਸ, ਹੋਰ ਕੁਛ ਨਹੀਂ, ਕਿ ਉਹਨਾਂ ਦਾ ਸਾਥ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਜਿਹੜੀ ਧੀ ਆ ਫੈਸ਼ਨ ਡਿਜ਼ਾਇਨਰ ਬਣਨਾ ਸੀ ਇਸ ਧੀ ਨੇ, ਪਰ ਪਰਿਵਾਰ ਦੇ ਮਾੜੇ ਹਾਲਾਤਾਂ ਕਰਕੇ, ਮਾੜੇ ਸਮੇਂ ਕਰਕੇ, ਮਾੜੇ ਦੌਰ ਕਰਕੇ ਇਸ ਧੀ ਨੇ ਆਪਣੇ ਜਿਹੜੇ ਚਾਅ ਸੀ, ਆਪਣੇ ਸੁਪਨੇ ਸਾਰੇ ਮਾਰ ਦਿੱਤੇ, ਅਤੇ ਇਸਦਾ ਕਹਿਣਾ ਵੀ ਪਰਿਵਾਰ ਪਹਿਲੋਂ ਸੀ। ਬਿਲਕੁਲ ਇਸ ਧੀ ਦਾ ਜਿਹੜਾ ਕਹਿਣਾ ਵੀ ਪਰਿਵਾਰ ਪਹਿਲਾਂ ਸੀ, ਬਾਕੀ ਸੁਪਨੇ ਬਾਅਦ 'ਚ। ਅੱਜ ਪਰਿਵਾਰ ਜਿਹੜਾ ਵਾ ਭਾਵੇਂ ਪਿਤਾ ਦੇ ਸਿਰ 'ਤੇ ਨਹੀਂ ਹੈਗੇ, ਪਰ ਸਰਵਣ ਪੁੱਤ ਬਣ ਕੇ ਜਿਹੜੀ ਹੈ ਧੀ ਅੱਜ ਆਪਣੇ ਮਾਤਾ ਦੇ ਨਾਲ ਅਤੇ ਆਪਣੇ ਭੈਣ ਭਰਾ ਦੇ ਨਾਲ ਜਿਹੜੀ ਆ ਮੋਢੇ ਨਾਲ ਮੋਢੇ ਲਗਾ ਕੇ ਕੰਮ ਕਰ ਰਹੀ ਆ। ਅਸੀਂ ਵੀ ਧੀ ਦੀ ਬਹੁਤ ਸ਼ਾਬਾਸ਼ ਕਰਦੇ ਹਾਂ, ਅਜਿਹੀਆਂ ਧੀਆਂ ਬਹੁਤ ਘੱਟ ਹੁੰਦੀਆਂ ਨੇ। ਅਸੀਂ ਦੇਖਿਆ ਜ਼ਿਆਦਾਤਰ ਧੀਆਂ ਜਿਹੜੀਆਂ ਨੇ ਫੈਸ਼ਨ ਦੇ ਵਿੱਚ ਅੱਜ ਕੱਲ੍ਹ ਦੌਰ 'ਚ ਚੱਲ ਗਈਆਂ ਨੇ ਜਾਂ ਰੀਲਾਂ ਬਣਾਉਣ ਦੇ ਵਿੱਚ ਮਹਿਫੂਜ਼ ਰਹਿੰਦੀਆਂ ਨੇ। ਅਸੀਂ ਦੇਖਦੇ ਵੀ ਸਰਵਣ ਧੀ ਜਿਹੜੀ ਆ ਸਰਵਣ ਪੁੱਤ ਬਣ ਕੇ ਜਿਹੜੀ ਆ ਸਾਹਮਣੇ ਆਈ ਆ। ਹੁਣ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਬਾਰੇ, ਜ਼ਿੰਦਗੀ ਬਾਰੇ, ਕਿਉਂਕਿ ਜਵਾਨੀ ਉਮਰੇ ਜਿਹੜੇ ਕਿ ਪਤੀ ਦਾ ਸਾਇਆ ਜਿਹੜਾ ਸਿਰ ਤੋਂ ਚਲੇ ਜਾਣਾ, ਰਿਸ਼ਤੇਦਾਰ ਭੈਣ ਭਰਾਵਾਂ ਨੇ ਸਾਰ ਨਹੀਂ ਦਿੱਤਾ, ਮਾੜਾ ਮਾੜਾ ਸਮਾਂ ਜਿਹੜਾ ਲੰਘਾਇਆ ਇਸ ਭੈਣ ਦੇ ਨਾਲ।
ਭੈਣੇ ਬਹੁਤ ਮਾੜੇ ਸਮੇਂ 'ਚੋਂ ਲੰਘ ਕੇ ਗਏ ਹਾਂ। 27 ਸਾਲ ਦੀ ਉਮਰ ਸੀ ਕਹਿੰਦੇ ਤੁਹਾਡੇ ਪਤੀ ਦੀ ਜਦੋਂ ਜ਼ਿੰਦਗੀ ਚਲ ਗਏ, ਸਿਰਫ ਇੱਕ ਬੱਚੇ ਦੇ ਓਪਰੇਸ਼ਨ ਕਰਕੇ ਹੀ ਉਹਨਾਂ ਦੀ ਮੌਤ ਹੋ ਗਈ। ਕੀ ਲੱਗਦਾ ਵੀ ਉਸ ਟਾਈਮ 'ਤੇ ਰਿਸ਼ਤੇਦਾਰ ਭਰਾਵਾਂ ਨੇ ਸਾਥ ਨਹੀਂ ਤਾਂ ਜੇਕਰ ਦੇ ਦਿੰਦੇ ਤਾਂ ਅੱਜ ਸ਼ਾਇਦ ਤੁਹਾਡੇ ਪਤੀ ਤੁਹਾਡੇ ਵਿੱਚ ਹੁੰਦੇ? ਹਾਂਜੀ ਹਾਂਜੀ, ਗਰੀਬੀ ਬਹੁਤ ਸੀ ਭਾਅ ਜੀ, ਸਕੂਲ 'ਚ ਬੱਸ ਚਲਾਉਂਦੇ ਹੁੰਦੇ ਸੀ, ਤੁਹਾਨੂੰ ਪਤਾ 3-4 ਬੱਚੇ ਖਾਣ ਵਾਲੇ ਸੀ, ਇਕੱਲੇ ਕਮਾਉਣ ਵਾਲੇ ਸੀ, ਭੈਣਾਂ ਵੀ ਉਹਨਾਂ ਦੀਆਂ ਹੈਗੀਆਂ ਸੀ, ਪਰ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਹੈਗਾ। ਜੇ ਕਹਿੰਦੇ ਪਰਮਾਤਮਾ ਪਾਉਂਦਾ ਤਾਂ ਕੱਟਦਾ ਵੀ ਉਹ ਆ। ਬਾਕੀ 27 ਸਾਲ ਦੀ ਜਦੋਂ ਮੇਰਾ ਘਰ ਵਾਲਾ ਪੂਰਾ ਹੋ ਗਿਆ, ਪਰ ਕਿਸੇ ਨੇ ਸਾਥ ਨਹੀਂ ਦਿੱਤਾ। ਮੈਂ ਆਪਣੀ ਮਿਹਨਤ ਕਰਕੇ, ਜਿੱਦਾਂ ਵੀ ਮਤਲਬ ਸਿਲਾਈ ਕਰ ਲਓ, ਜੋ ਮਰਜ਼ੀ ਕਰ ਲਓ, ਮਤਲਬ ਆਪਣਾ ਮਿਹਨਤ ਕਰਕੇ ਆਪਣੇ ਬੱਚੇ ਪਾਲੇ ਮੈਂ, ਮੇਰਾ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ। ਅਤੇ ਭੈਣੇ ਉਹ ਮਾੜਾ ਸਮਾਂ ਜਦੋਂ ਮਾੜਾ ਦੌਰ ਅੱਖਾਂ ਸਾਹਮਣੇ ਆਉਂਦਾ ਜਾਂ ਚੇਤੇ ਹੁੰਦਾ, ਫਿਰ ਮਨ ਕਿੰਨਾ ਕੁ ਦੁਖੀ ਹੁੰਦਾ ਵੀ ਕਿਹੜੇ ਮਾੜੇ ਸਮੇਂ 'ਚੋਂ ਲੰਘ ਕੇ ਆਏ ਹਾਂ, ਅਤੇ ਜੇਕਰ ਪਤੀ ਦਾ ਸਾਇਆ ਚੇਤੇ ਹੁੰਦਾ ਤਾਂ ਸ਼ਾਇਦ ਅੱਜ ਦਿਨ ਨਾ ਦੇਖਣੇ ਪੈਂਦੇ, ਅੱਜ ਰੇਹੜੀਆਂ ਨਾ ਲਾਉਣੀਆਂ ਪੈਂਦੀਆਂ। ਹਾਂਜੀ ਹਾਂਜੀ, ਕਈ ਵਾਰੀ ਦਿਨ ਦੇ ਵਿੱਚ ਭਾਅ ਜੀ ਰੋਈਦਾ ਵਾ, ਕਈ ਕਿੰਨੀ ਵਾਰੀ ਦਿਨ ਦੇ ਵਿੱਚ ਰੋ ਲੈਂਦੇ ਹਾਂ ਯਾਦ ਕਰਕੇ ਵੀ ਇੰਨੇ ਮਾੜੇ ਕਰਮ ਕੀਤੇ ਆ ਭਾਅ ਜੀ, ਕਿ ਅਜੇ ਤੱਕ ਗਰੀਬੀ ਜਿਹੜੀ ਹੈ ਸਾਥ ਹੀ ਨਹੀਂ ਛੱਡਦੀ ਹੈਗੀ। ਗਰੀਬੀ ਦੇ ਦੌਰ 'ਚ ਅੱਜ ਵੀ ਭਾਵੇਂ ਮਿਹਨਤ ਕਰਕੇ ਕਰਨ ਡੇ, ਪਰ ਤੁਹਾਨੂੰ ਪਤਾ ਕਿੰਨੀ ਮਹਿੰਗਾਈ ਆ, ਗਰੀਬੀ ਸਾਥ ਨਹੀਂ, ਗਰੀਬੀ ਨਹੀਂ ਕੜਾ ਚੜ੍ਹਦੀ ਹੈਗੀ। ਅਤੇ ਕਿਸ ਤਰ੍ਹਾਂ ਦੇਖਦੇ ਹੋ, ਪਹਿਲਾਂ ਪਤੀ ਦੀ ਮੌਤ ਹੋ ਜਾਂਦੀ ਆ, ਉਸ ਤੋਂ 5 ਸਾਲ ਬਾਅਦ ਪੁੱਤਰ ਦੀ ਮੌਤ ਹੋ ਜਾਂਦੀ ਆ, ਜੇਕਰ ਪੁੱਤਰ ਅੱਜ ਹੁੰਦਾ ਤਾਂ ਸ਼ਾਇਦ ਪਿਤਾ ਦਾ ਸਾਇਆ ਜਾਂ ਵੱਡਾ ਭਰਾ ਬਣ ਕੇ ਜਿਹੜਾ ਕੰਮ ਕਮਾਉਂਦਾ, ਅਤੇ ਜਿਹੜਾ ਹਰਮਨ ਨੂੰ ਜਿਹੜਾ ਖੁਦ ਤੁਹਾਡੇ ਨਾਲ ਮਿਹਨਤ ਕਰਨੀ ਪੈਂਦੀ ਆ, ਜਿੱਥੇ ਪੁੱਤਰ ਦੇ ਖਰਚ ਨਾਲ ਸੀ ਉੱਥੇ ਨਹੀਂ ਖਰਚ ਸਕਦੇ, ਪਰ ਫਿਰ ਵੀ ਧੀਆਂ ਜਿਹੜੀਆਂ ਪੁੱਤਰਾਂ ਤੋਂ ਘੱਟ ਨਹੀਂ ਹੁੰਦੀਆਂ, ਪਰ ਪੁੱਤਰ ਦੀ ਬੜੀ ਲੋੜ ਹੁੰਦੀ ਆ। ਦੋ ਦੋ ਜਿਹੜੇ ਜ਼ਿੰਦਗੀ ਦੇ ਅਹਿਮ ਰਿਸ਼ਤੇ ਜਿਹੜੇ ਨੇ ਉਹ ਚੱਲ ਜਾਂਦੇ ਨੇ ਦੁਨੀਆਂ ਤੋਂ, ਫਿਰ ਕੀ ਬੀਤਦੀ ਤੁਹਾਡੇ? ਭਾਈ ਬਹੁਤ ਟੁੱਟੇ ਪਏ ਆ, ਤੁਹਾਨੂੰ ਦੱਸਦੀ ਪਈ ਕਿ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਾਰੀ ਰੋਈਦਾ ਅਤੇ ਕਿੰਨੀ ਕੁ ਵਾਰੀ ਉਹਨਾਂ ਨੂੰ ਯਾਦ ਕਰੀਦਾ ਪਿਓ ਪੁੱਤਾਂ ਨੂੰ, ਵੀ ਪਤਾ ਨਹੀਂ ਮੈਂ ਕਿੰਨੇ ਕੁ ਮਾੜੇ ਕਰਮ ਕੀਤੇ ਆ ਕਿ ਜਿਹੜੇ ਮੈਂ ਅੱਜ ਤੱਕ ਭੁਗਤਣ ਨਹੀਂ, 50 ਸਾਲ ਦੇ ਉਹ ਚੱਲੇ ਆ, ਬਸ ਇੱਦਾਂ ਲੰਘੀ ਜਾਂਦੀ। ਪਰ ਕੀ ਲੱਗਦਾ ਨਹੀਂ ਸਰਵਣ ਪੁੱਤ ਬਣ ਕੇ ਸਰਵਣ ਨੇ ਤੁਹਾਡਾ ਸਾਥ ਦਿੱਤਾ, ਅੱਜ ਚਾਰੇ ਬਣੇ ਚਰਚੇ ਨੇ ਇਸ ਧੀ ਦੇ, BCA ਦੀ ਪੜ੍ਹਾਈ ਵੀ ਕੀਤੀ ਹੈ ਇਸ ਰੇਹੜੀ ਤੋਂ, ਤੁਹਾਡੇ ਨਾਲ ਸਾਥ ਵੀ ਦੇ ਰਹੀ ਆ, ਰਿਸ਼ਤੇਦਾਰਾਂ ਨੇ ਬੜੇ ਤਾਹਨੇ ਮਿਹਣੇ ਵੀ ਮਾਰੇ ਹੋਣਗੇ ਰੇਹੜੀ ਤੋਂ ਵੀ ਕਿਹੜਾ ਕੰਮ ਫੜ ਲਿਆ ਮਾਵਾਂ ਧੀਆਂ ਨੇ, ਪਰ ਅੱਜ ਤੁਹਾਡੇ ਨਾਲ ਸਾਥ ਦੇ ਰਹੀ ਆ, ਮਿਹਨਤ ਕਰ ਰਹੀ ਆ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਚਲੋ ਇੱਦਾਂ ਦੀ ਧੀ ਦਾ ਰੱਬ ਸਭ ਨੂੰ ਦੇਵੇ, ਇਹ ਧੀ ਮੇਰਾ ਬਹੁਤ ਸਾਥ ਦਿੰਦੀ ਹੈਗੀ ਆ, ਅਸੀਂ ਮਾਵਾਂ ਧੀਆਂ ਮਤਲਬ ਇੱਕ ਦੂਜੇ ਦੇ ਸਹਾਰੇ ਨਾਲ ਹੀ ਤੁਰੇ ਫਿਰਦੇ ਹਾਂ। ਵੱਡੀ ਤਾਂ ਵਿਆਹੀ ਗਈ, ਉਹ ਜੰਮੂ ਵਿਆਹੀ ਆ, ਬਾਕੀ ਮੇਰੀ ਧੀ ਵਰਗਾ ਰੱਬ ਸਭ ਨੂੰ ਧੀ ਦੇਵੇ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਇੱਕ ਦਰਦ ਭਰੀ ਕਹਾਣੀ ਤੁਹਾਨੂੰ ਦਿਖਾਈ ਅੱਜ ਹਰਮਨ ਅਤੇ ਉਸਦੀ ਮਾਤਾ ਦੀ। ਹਰਮਨ ਦੇ ਪਿਤਾ ਦੀ ਮੌਤ ਹੋ ਜਾਂਦੀ ਆ, ਇਸ ਦੁਨੀਆਂ ਤੋਂ ਚਲੇ ਜਾਂਦੇ ਨੇ 5 ਸਾਲ ਦੀ ਉਮਰ 'ਚ ਜਦੋਂ ਹਰਮਨ ਸੀ, ਅਤੇ ਉਸ ਤੋਂ 5 ਸਾਲ ਤੋਂ ਬਾਅਦ ਭਰਾ ਦੀ ਮੌਤ ਹੋ ਜਾਂਦੀ ਆ, ਉਹ ਵੀ ਦੁਨੀਆਂ ਚਲ ਜਾਂਦਾ। ਦੋਵੇਂ ਘਰ ਵਿੱਚ ਮਰਦ ਸੀ ਜਿਹੜੇ ਕਮਾਉਣ ਵਾਲੇ ਸੀ, ਦੋਵੇਂ ਚਲ ਜਾਂਦੇ ਨੇ, ਪਰ ਹਰਮਨ ਨੇ ਹਿੰਮਤ ਨਹੀਂ ਹਾਰੀ, ਆਪਣੀ ਮਾਤਾ ਦੇ ਨਾਲ ਸਾਥ ਦਿੱਤਾ, ਆਪਣੇ ਸੁਪਨੇ ਸੀ ਜਿਹੜੇ ਉਹ ਮਾਰ ਕੇ ਫੈਸ਼ਨ ਡਿਜ਼ਾਈਨਰ ਬਣਨਾ ਸੀ, ਉਹ ਸੁਪਨੇ ਜਿਹੜੇ ਇੱਕ ਪਾਸੇ ਕਰ ਦਿੱਤੇ, ਪਰ ਪਰਿਵਾਰ ਦਾ ਸਾਥ ਦਿੱਤਾ, ਸਰਵਣ ਪੁੱਤ ਬਣ ਕੇ ਸਾਥ ਦਿੱਤਾ। ਅੱਜ ਕੱਲ੍ਹ ਦੀਆਂ ਧੀਆਂ ਦੀ ਦੇਖਦੇ ਹਾਂ, ਜ਼ਿਆਦਾਤਰ ਮੋਬਾਈਲਾਂ ਵਿੱਚ ਰੀਲਾਂ ਬਣਾਉਣ ਦੇ ਵਿੱਚ ਲੱਗੀ ਜਾਂਦੀ ਆ, ਮਾਂ ਬਾਪ ਨੂੰ ਕਦੀ ਪਾਣੀ ਤੱਕ ਨਹੀਂ ਜਿਹੜਾ ਪਿਆਉਂਦੀਆਂ, ਪਰ ਇਹ ਧੀ ਦੀ ਸ਼ਾਬਾਸ਼ ਆ, ਚਾਰੇ ਬਣੇ ਇਸ ਦੇ ਚਰਚੇ ਨੇ, ਨਾਲੇ ਤਾਂ ਇਸ ਨੇ ਧੀ ਨੇ ਇਸ ਰੇਹੜੀ ਤੋਂ ਮਿਹਨਤ ਕਰਕੇ BCA ਦੀ ਪੜ੍ਹਾਈ ਵੀ ਕੀਤੀ, ਅਤੇ ਨਾਲ ਹੀ ਮਾਤਾ ਦੇ ਨਾਲ ਮਿਹਨਤ ਵੀ ਕਰ ਰਹੀ ਆ। ਸਾਨੂੰ ਵੀ ਚਾਹੀਦਾ ਅਜਿਹੀਆਂ ਧੀਆਂ ਨੂੰ ਅੱਗੇ ਆ ਕੇ ਆਪਣੇ ਸਾਥ ਦੇਣਾ ਚਾਹੀਦਾ ਮਾਤਾ ਪਿਤਾ ਦਾ, ਕਿਉਂਕਿ ਹਮੇਸ਼ਾ ਜਿਹੜੀਆਂ ਧੀਆਂ ਨੇ ਬਹੁਤ ਲਾਡਲੀਆਂ ਹੁੰਦੀਆਂ ਨੇ ਮਾਂ ਬਾਪ ਦੀਆਂ, ਪਰ ਇਹ ਜਿਹੜੀ ਧੀ ਨੇ ਆਪਣੇ ਮਾਂ ਦਾ ਆਪਣੇ ਬਾਪ ਦਾ ਵੀ ਜਿਹੜਾ ਨਾਂ ਰੋਸ਼ਨ ਕੀਤਾ ਵਾ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਜਿਹੜੇ ਕਿ ਧੀਆਂ ਨੂੰ ਪਿਆਰ ਕਰਦੇ ਨੇ, ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ, ਤਾਂ ਜੋ ਕਿ ਇਸ ਤੋਂ ਸੀਖ ਮਿਲ ਸਕੇ ਉਹਨਾਂ ਧੀਆਂ ਨੂੰ ਜਿਹੜੀ ਧੀਆਂ ਅੱਜ ਕੱਲ੍ਹ ਰੀਲਾਂ ਬਣਾਉਣ ਦੇ ਵਿੱਚ ਲੱਗੀਆਂ ਨੇ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।